ਜਸਟੀ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਅਸੀਂ ਲਗਾਤਾਰ ਪੰਜਾਬੀ ਮਾਂ ਬੋਲੀ ਦਾ ਜ਼ਿਕਰ ਕਰਦੇ ਹਾਂ, ਪੰਜਾਬੀ ਮਾਂ ਬੋਲੀ ਦਾ ਜਦੋਂ ਜ਼ਿਕਰ ਕਰਦੇ ਹਾਂ ਤਾਂ ਉਦੋਂ ਫਿਕਰ ਵੀ ਕਰਦੇ ਹਾਂ। ਫਿਕਰ ਕੀ ਹੋਣੀ ਚਾਹੀਦੀ ਹੈ, ਕਿਹੋ ਜਿਹੀ ਹੋਣੀ ਚਾਹੀਦੀ ਹੈ। ਅਸੀਂ ਪੰਜਾਬੀ ਮਾਂ ਬੋਲੀ ਦੇ ਮਰੀਦ, ਪੰਜਾਬੀ ਭਾਸ਼ਾ ਦੇ ਮਰੀਦ, ਆਪੋ ਆਪਣੇ ਤਰੀਕੇ ਨਾਲ ਫਿਕਰ ਜ਼ਾਹਿਰ ਕਰ ਸਕਦੇ ਹਾਂ, ਪਰ ਜਦੋਂ ਸਰਕਾਰਾਂ ਇਸ ਫਿਕਰ ਨੂੰ ਜ਼ਿਕਰ ਦੇ ਵਿੱਚ ਬਦਲਣਾ ਸ਼ੁਰੂ ਕਰ ਦੇਣਗੀਆਂ ਤਾਂ ਸਾਡਾ ਫਿਕਰ ਘੱਟ ਜਾਵੇਗਾ। ਉਸ ਦੇ ਬਾਵਜੂਦ ਸਾਨੂੰ ਫਿਕਰ ਜਿਤਾਉਣਾ ਪੈ ਰਿਹਾ। ਕੌਮਾਂਤਰੀ ਮਾਤ ਭਾਸ਼ਾ ਦਿਹਾੜੇ ਮਨਾਏ ਜਾਂਦੇ ਆ, ਮਾਰਚ ਕੱਢੇ ਜਾਂਦੇ ਆ, ਕੋਈ ਸਾਈਕਲ 'ਤੇ ਜਾ ਰਿਹਾ ਮਾਰਚ ਕੱਢਣ, ਅਤੇ ਕੋਈ ਤਖਤੀਆਂ ਅਤੇ ਮੀਲ ਪੱਥਰਾਂ 'ਤੇ ਨਾਮ ਬਦਲਣ ਦੇ ਲਈ ਕਾਲਖ ਪੋਤ ਰਿਹਾ, ਕਾਲੀ ਕੂਚੀ ਫੇਰ ਰਿਹਾ। ਬਹੁਤ ਕੁਛ ਇਹੋ ਜਿਹੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਕੋਈ ਕਹਿੰਦਾ ਕਿ ਲਾਇਬ੍ਰੇਰੀ ਐਕਟ ਲਾਗੂ ਹੋ ਜਾਵੇ ਤਾਂ ਪੰਜਾਬੀ ਮਾਂ ਬੋਲੀ ਦਾ ਜਿਹੜੀ ਜੂਨ ਆ ਉਹ ਸੁਧਰ ਜਾਵੇਗੀ। ਬਹੁਤ ਸਾਰੇ ਇਹੋ ਜਿਹੇ ਖਿਆਲ ਵੀ ਹੈਗੇ ਆ ਕਿ ਸਾਹਿਤ ਦਾ ਲੰਗਰ ਲਗਾ ਦਿੱਤਾ ਜਾਵੇ ਤਾਂ ਪੰਜਾਬੀ ਮਾਂ ਬੋਲੀ ਆ ਜਿਹੜੀ ਉਹ ਆਪਣੇ ਪੁਰਾਣੇ ਪਹਿਰਾਵੇ ਵਿੱਚ ਆ ਜਾਵੇਗੀ। ਅਤੇ ਬਹੁਤ ਸਾਰੇ ਜਿਹੜੇ ਸਾਡੇ ਸਾਹਿਤਕਾਰ ਆ ਉਹਨਾਂ ਦਾ ਜ਼ਿਕਰ ਵੀ ਹੁੰਦਾ ਕਿ ਉਹਨਾਂ ਨੇ ਕੀ ਲਿਖਿਆ ਹੈਗਾ। ਉਹਨਾਂ ਨੇ ਬਹੁਤ ਪਹਿਲਾਂ ਇਹ ਲਿਖ ਦਿੱਤਾ ਸੀਗਾ, ਪਰ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਅਸੀਂ ਮਨਾਉਂਦੇ ਹੋਈਏ, ਜਦੋਂ ਬਾਬਾ ਸ਼ੇਖ ਫਰੀਦ ਦਾ ਅਸੀਂ ਜ਼ਿਕਰ ਕਰਦੇ ਹੋਈਏ, ਜਦੋਂ ਬੁੱਲੇ ਸ਼ਾਹ ਹਰਾ ਦਾ ਜ਼ਿਕਰ ਕਰਦੇ ਹੋਈਏ, ਤਾਂ ਉਦੋਂ ਪੰਜਾਬੀ ਮਾਂ ਬੋਲੀ ਦੇ ਲਈ ਫਿਕਰ ਕਿਉਂ ਕਰਨੀ ਪੈ ਰਹੀ ਹੈ? ਫਿਰ ਸਵਾਲ ਸਾਡਾ ਆਪਣੇ ਆਪ 'ਤੇ ਖੜਾ ਹੋਣਾ ਲਾਜ਼ਮੀ ਹੈ। ਇਸ ਕਰਕੇ ਸਾਨੂੰ ਇਹ ਸਵਾਲ ਪੁੱਛਣਾ ਪੈ ਰਿਹਾ, ਪੰਜਾਬ ਵਿੱਚ ਪੰਜਾਬੀ ਕਿੱਥੇ? ਪੰਜਾਬ ਅਤੇ ਪੰਜਾਬੀ ਆ ਚਰਚਾ ਕਿਉਂ ਕਰ ਰਿਹਾ? ਟੂ ਦਾ ਪੁਆਇੰਟ ਵੇ ਤੁਹਾਨੂੰ ਪੁਆਇੰਟ ਟੂ ਪੁਆਇੰਟ ਦੱਸ ਦਈਏ। ਇਹ ਸਾਡੇ ਪ੍ਰੋਗਰਾਮ ਦਾ ਨਾਮ ਹੈ ਜਿਹਨੂੰ ਇੰਗਲਿਸ਼ ਵਿੱਚ ਲੈਣਾ ਪੈਂਦਾ, ਅੰਗਰੇਜ਼ੀ ਵਿੱਚ ਲੈਣਾ ਪੈਂਦਾ, ਇਸ ਲਈ ਮਾਫੀ ਮੰਗਦੇ ਹਾਂ ਤੁਹਾਡੇ ਤੋਂ। ਪੰਜਾਬ ਵਿੱਚ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਦਾ ਮੁੱਦਾ ਮੁੜ ਪੱਕਿਆ। ਕੌਮਾਂਤਰੀ ਮਾਤ ਭਾਸ਼ਾ ਦਿਹਾੜੇ ਮੌਕੇ ਸੂਬਾ ਸਰਕਾਰ ਨੇ ਫਿਰ ਐਲਾਨ ਕੀਤਾ। ਇਹਨੂੰ ਐਲਾਨ ਤੱਕ ਸਮਝਿਆ ਜਾਵੇ ਜਾਂ ਫੈਸਲੇ ਤੱਕ ਸਮਝਿਆ ਜਾਵੇ, ਇਹ ਆਪਣੇ ਆਪ ਵਿੱਚ ਸਵਾਲ ਹੈਗਾ। ਸੂਬੇ ਵਿੱਚ ਨਾਮ ਵਾਲੇ ਫੱਟੇ ਜਿਹਨੂੰ ਪੰਜਾਬੀ ਭਾਸ਼ਾ ਦੇ ਵਿੱਚ ਸ਼ਾਇਦ ਨਾਮ ਲਿਖਣਾ ਵੀ ਸਾਡੇ ਲਈ ਔਖਾ ਹੋ ਗਿਆ ਸੀ, ਸਾਈਨ ਬੋਰਡ ਉਹ ਵੀ ਪ੍ਰੈਸ ਰਿਲੀਜ਼ ਵਿੱਚ ਲਿਖ ਕੇ ਭੇਜਿਆ ਹੈਗਾ। ਇਸ ਕਰਕੇ ਸਾਨੂੰ ਸਵਾਲ ਇਹ ਕਰਨਾ ਪੈ ਰਿਹਾ, ਸੂਬੇ ਵਿੱਚ ਨਾਮ ਵਾਲੇ ਫੱਟੇ 'ਤੇ ਸਭ ਤੋਂ ਉੱਤੇ ਲਿਖੀ ਜਾਵੇਗੀ ਪੰਜਾਬੀ ਜਾਂ ਤਖਤੀਆਂ 'ਤੇ ਸਭ ਤੋਂ ਉੱਤੇ ਲਿਖੀ ਜਾਵੇ ਪੰਜਾਬੀ? ਇਹ ਵੀ ਸਮਝਣ ਦੀ ਜ਼ਰੂਰਤ ਹੈਗੀ ਹੈ। ਬਾਕੀ ਭਾਸ਼ਾਵਾਂ ਲਈ ਪੰਜਾਬੀ ਤੋਂ ਹੇਠਾਂ ਦਿੱਤੀ ਜਾਵੇਗੀ ਘੱਟ ਥਾਂ, ਜਿਹੜੇ ਹੋਰ ਜਿਹੜੇ ਲਿਖੇ ਜਾਣਗੇ ਮੀਲ ਪੱਥਰਾਂ 'ਤੇ ਜਾਂ ਹੋਰ ਕਿਤੇ ਨਾਮ ਲਿਖੇ ਜਾਣਗੇ ਉਹ ਪੰਜਾਬੀ ਭਾਸ਼ਾ ਤੋਂ ਉਹਨਾਂ ਨੂੰ ਘੱਟ ਥਾਂ ਦਿੱਤੀ ਜਾਵੇਗੀ, ਜਿਹੜਾ ਵਾਰ ਵਾਰ ਮੁੱਦਾ ਵੀ ਪੱਕਦਾ। ਪੰਜਾਬ ਸਟੇਟ ਲਾਇਬ੍ਰੇਰੀ ਐਕਟ ਲਈ ਸਰਕਾਰ 'ਤੇ ਦਬਾਅ ਪਾਉਣ ਦਾ ਮਤਾ ਵੀ ਪਾਸ ਹੋ ਚੁੱਕਿਆ, ਅਤੇ ਬਰਨਾਲਾ ਵਿੱਚ ਸਾਹਿਤਕਾਰਾਂ, ਬੁੱਧੀਜੀਵੀਆਂ ਅਤੇ ਵਿਦਿਆਰਥੀਆਂ ਨੇ ਚਰਚਾ ਕੀਤੀ ਹੈ ਕਿ 2011 ਦਾ ਇਹ ਬਿੱਲ ਬਣਿਆ ਹੋਇਆ ਅਤੇ ਹਜੇ ਤੀਕਰ ਕਾਨੂੰਨ ਕਿਉਂ ਨਹੀਂ ਬਣਿਆ ਗਾ, ਅਤੇ ਇਸ ਕਰਕੇ ਸਵਾਲ ਇਹ ਪੁੱਛੇ ਜਾ ਰਹੇ ਆ। ਕਹਿੰਦੇ ਪੰਜਾਬੀ ਦੀ ਹਾਲਤ ਸੁਧਾਰਨੀ ਹੈ ਅਤੇ ਲਾਇਬ੍ਰੇਰੀਆਂ ਵੱਲ ਮੂੰਹ ਮੋੜਨਾ ਪਵੇਗਾ। ਸੂਬੇ ਦੇ ਪਿੰਡਾਂ ਵਿੱਚ ਲਾਇਬ੍ਰੇਰੀ ਖੋਲ੍ਹਣ ਦੀ ਮੰਗ ਨੇ ਮੁੜ ਜ਼ੋਰ ਫੜਿਆ। 2011 ਵਿੱਚ ਇਸ ਸੰਬੰਧੀ ਬਿੱਲ ਬਾਦਲ ਸਰਕਾਰ ਵੇਲੇ ਤਿਆਰ ਹੋਇਆ ਸੀਗਾ। ਇਸ ਤੋਂ ਪਹਿਲਾਂ ਰਾਜ ਭਾਸ਼ਾ ਐਕਟ ਦੀ ਵੀ ਗੱਲ ਹੋ ਰਹੀ ਹੈ ਅਤੇ ਲਾਇਬ੍ਰੇਰੀ ਐਕਟ ਦੀ ਵੀ ਗੱਲ ਹੋ ਰਹੀ ਹੈ, ਬਹੁਤ ਸਾਰੇ ਸਵਾਲ ਇਹੋ ਜਿਹੇ ਹੋਣਗੇ। ਅਤੇ ਵੱਡਾ ਸਵਾਲ ਇੱਕੋ ਪੁੱਛਿਆ ਜਾਵੇਗਾ, ਵੱਡਾ ਸਵਾਲ ਇਹ ਪੁੱਛਿਆ ਜਾਵੇਗਾ ਇਸ ਚਰਚਾ ਦੇ ਵਿੱਚ, ਮਾਂ ਬੋਲੀ ਪੰਜਾਬੀ ਲਈ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਕੀ ਕੀਤਾ? ਇਹ ਇਕੱਲਾ ਸਿਆਸੀ ਧਿਰਾਂ 'ਤੇ ਸਵਾਲ ਆ ਕੇ ਰੁਕਣਾ ਚਾਹੀਦਾ, ਇਸ ਤੋਂ ਅੱਗੇ ਵੀ ਸਵਾਲ ਵਧੇਗਾ। ਇਸ ਲਈ ਸਵਾਲ ਪੁੱਛ ਰਹੇ ਹਾਂ ਅਸੀਂ, ਮਾਂ ਬੋਲੀ ਪੰਜਾਬੀ ਲਈ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਕੀ ਕੀਤਾ? ਖਾਸ ਮਹਿਮਾਨ ਸਾਡੇ ਨਾਲ ਮੌਜੂਦ ਹੈਗੇ, ਉਹਨਾਂ ਦਾ ਤੁਹਾਡਾ ਤਾਰਫ ਕਰਾ ਰਿਹਾ। ਡਾਕਟਰ ਪੈਰਾਲਾ ਗਰਗ ਸਿੱਖਿਆ ਮਾਰ ਦੇ ਤੌਰ 'ਤੇ ਸਾਡੇ ਨਾਲ ਮੌਜੂਦ ਰਹਿਣਗੇ। ਡਾਕਟਰ ਗਰਗ ਹਰੀ ਪਿੰਡਾਂ ਦੇ ਵਿੱਚ ਅਕਸਰ ਜਾਂਦੇ ਰਹਿੰਦੇ ਆ, ਇਸ ਕਰਕੇ ਇਹਨਾਂ ਨੂੰ ਸੱਦਿਆ। ਡਾਕਟਰ ਗਰਗ ਤੁਹਾਡਾ ਬਹੁਤ ਸਵਾਗਤ ਹੈ। ਐਮਐਲ ਗਰਗ ਮਖਲਨਾ ਗਰਗ ਇਹ ਸਮਾਜਿਕ ਕਾਰਕੁਨ ਨੇ, ਪੰਜਾਬੀ ਦੇ ਹਿਤੈਸ਼ੀ ਨੇ, ਲਾਇਬ੍ਰੇਰੀ ਕਾਨੂੰਨ ਦੀ ਜਿਹੜੀ ਮੰਗ ਨੇ ਜ਼ੋਰ ਫੜਿਆ ਹੈਗਾ ਉਸ ਲਈ ਇਹ ਕੋਸ਼ਿਸ਼ਾਂ ਕਰਦੇ ਪਏ ਨੇ। ਬਰਨਾਲਾ ਦੇ ਵਿੱਚ ਇਹ ਵੀ ਗਏ ਸੀਗੇ ਅਤੇ ਇਹ ਕੁਝ ਜਥੇਬੰਦੀਆਂ ਦੀ ਨੁਮਾਇੰਦਗੀ ਵੀ ਕਰਦੇ ਆ ਜਿਹੜੀ ਕਿ ਸਾਡੀ ਸਿੱਖਿਆ ਦੇ ਲਈ ਕੰਮ ਕਰਦੀ ਪਈ ਹੈ। ਵੈਸੇ ਇਹ ਪ੍ਰਵਾਸੀ ਵੀ ਨੇ, ਪ੍ਰਵਾਸੀ ਪੰਜਾਬੀ ਇਹਨਾਂ ਨੂੰ ਕਹਿ ਸਕਦੇ ਹਾਂ ਅਸੀਂ, ਅਤੇ ਉੱਧਰ ਵੀ ਮਾਂ ਬੋਲੀ ਦੀ ਸੇਵਾ ਇਹ ਕਰ ਰਹੇ, ਇਸ ਕਰਕੇ ਉਹਨਾਂ ਸੱਦਿਆ। ਗਰਗ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਐਮਐਲ ਗਰਗ ਸਾਹਿਬ ਧੰਨਵਾਦ। ਅਮਰਜੀਤ ਸਿੰਘ ਧਾਰਨੀ ਸ਼੍ਰੋਮਣੀ ਅਕਾਲੀ ਦਲ ਬੁਲਾ ਰਹੇ ਆ, ਧਾਰਨੀ ਸਾਹਿਬ ਨੂੰ ਇਸ ਕਰਕੇ ਸੱਦਿਆ ਕਿਉਂਕਿ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਤਾਂ ਇਹ ਕਹਿੰਦੀ ਹੈ ਕਿ ਪੰਜਾਬੀ ਬੋਲੀ, ਪੰਜਾਬੀ ਭਾਸ਼ਾ ਅਤੇ ਪੰਜਾਬੀ ਮੁੱਦਿਆਂ ਦੇ ਅਸੀਂ ਹਿਤੈਸ਼ੀ ਹਾਂ ਅਤੇ ਅਸੀਂ ਲਗਾਤਾਰ ਇਹਨਾਂ ਦੇ ਕੰਮ ਕਰਦੇ ਹਾਂ, ਪਰ ਇਹਨਾਂ ਦੀ ਸਰਕਾਰਾਂ ਨੇ ਹੁਣ ਤੱਕ ਕੀ ਕੰਮ ਕੀਤਾ, ਇਹਨਾਂ ਤੋਂ ਸਵਾਲ ਜਵਾਬ ਹੋਣਗੇ ਜ਼ਰੂਰ। ਧਾਰਨੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਗੁਰਮਣੀ ਸਿੰਘ ਮਾਂਗੜ ਕਾਂਗਰਸ ਦੇ ਬੁਲਾ ਰਿਹਾ, ਗੁਰਮਣੀ ਸਿੰਘ ਮਾਂਗੜ ਨੂੰ ਇਸ ਕਰਕੇ ਸੱਦਿਆ ਇਹਨਾਂ ਦੀ ਮੌਜੂਦਾ ਸਰਕਾਰ ਹੈਗੀ ਆ ਅਤੇ ਸਰਕਾਰ ਦੇ ਕੋਲੋਂ ਮੰਗ ਉੱਠੀ ਸੀ ਕਿ ਪੰਜਾਬੀ ਭਾਸ਼ਾ ਦੇ ਲਈ ਕੁਝ ਕੀਤਾ ਜਾਵੇ, ਅਤੇ ਸਰਕਾਰ ਨੇ ਉਸ ਮੰਗ ਨੂੰ ਸਿਰਫ ਐਲਾਨਾਂ ਤੱਕ ਜਾਂ ਫੈਸਲਾ ਤੱਕ ਸੀਮਤ ਰੱਖਿਆ ਜਾਂ ਜ਼ਮੀਨੀ ਤੌਰ 'ਤੇ ਉਸਨੂੰ ਲਾਗੂ ਵੀ ਕੀਤਾ ਜਾਵੇਗਾ, ਕਿਉਂਕਿ ਸਵਾਲ ਇਹ ਆ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਪੰਜਾਬੀ ਭਾਸ਼ਾ ਲਈ ਕੀ ਸਥਾਨ ਹੈਗਾ, ਰੁਜ਼ਗਾਰ ਦੇ ਲਈ ਕਿੰਨੇ ਮੌਕੇ ਆ ਇਸ ਭਾਸ਼ਾ ਦੇ ਜ਼ਰੀਏ, ਅਤੇ ਰਾਜਧਾਨੀ ਵਿੱਚ ਇਸ ਭਾਸ਼ਾ ਦਾ ਰੋਲ ਕੀ ਹੈਗਾ ਅਤੇ ਸਰਕਾਰਾਂ ਘਰ ਕੀ ਰਹੀ ਹੈਗੀ, ਇਸ ਕਰਕੇ ਉਹ ਸਦਿਆ। ਮਾਂਗੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਡਾਕਟਰ ਪਿਆਰਲਾ ਗਰਗ ਤੁਹਾਨੂੰ ਕਰਨਾ ਚਾਹੂੰਗਾ। ਡਾਕਟਰ ਪਿਆਰਲਾ ਗਰਗ, ਤੁਸੀਂ ਪਹਿਲਾਂ ਤਾਂ ਆਪਦੇ ਨਾਮ ਬਾਰੇ ਦੱਸ ਦਿਓ, ਤੁਹਾਨੂੰ ਸਾਰੇ ਪਿਆਰੇ ਕਹਿੰਦੇ ਆ ਅਤੇ ਤੁਸੀਂ ਪਿਆਰਾ ਲਿਖਦੇ ਹੋ।
देखो मेरा नाम तो जो कागजों चो प्यार लाल गर्गी है, पर क्योंकि वो एक मैं लगता गवैये सी कौन सी बड़े मशहूर आर्टिस्ट सके वो प्यारे लाल सके तो लोगों को होगा भी ये भी प्यारे लाल ही होना है। सो उस मैनू कोई बहुता कदे ये नहीं होया भी मेरा नाम किदा लैता, कईयों तो बहुत सेंटीमेंटल होंगे बड़े संवेदनशील होंगे भी मेरा नाम गलत क्यों लैता। मैं सिर्फ ये कहना भी जिसे कागजात लिखना उत्थे ठीक लिख दो, उत्थे कोई झगड़ा ना पवे, बाकी जिन्हें जो कहता कहता। मेरी माँ ने तो कदे मैनू प्यारे लाल जां कुछ कहन दी बजाय बे प्यारिया कहंदी सी, तां वी उहदे च मैनूं बड़ा सुकून मिलदा सी, अपनत नजर आउंदी सी। सवाल यह है कि पंजाबी नूं प्यार किन्ना कीता जा रहा है? देखो मैं इस करके प्यारे वाला सवाल कीता, हाँ मैं इस गल ते आ रहा, साडा जिहड़ा पंजाबी दा प्यार है कागजां तक सीमित है, भाषणां तक सीमित है। असीं पंजाबी दा जिहड़ा प्यार असीं करदे वी सी ਉਹ ਤੋਂ ਵੀ ਅਸੀਂ ਦੂਰ ਹੋ ਗਏ, ਉਹ ਵੀ ਅਸੀਂ ਨਿਰਮੋਹ ਹੋ ਗਏ ਉਸ 'ਚੋਂ ਛੱਡਤਾ ਸੀ। ਕਿਵੇਂ? ਸਾਡੇ ਤਕਰੀਬਨ 1964-65 ਤੱਕ ਬਲਕਿ 70 ਤੱਕ ਹੀ ਜਿਹੜੀ 10ਵੀਂ ਤੱਕ ਪੜ੍ਹਾਈ ਸੀ ਉਹ ਪੰਜਾਬੀ ਮਾਧਿਅਮ ਸੀ ਸਾਰੇ ਸਕੂਲਾਂ 'ਚ, ਬਹੁਤੇ ਸਰਕਾਰੀ ਸਕੂਲ ਸੀਗੇ, ਕੁਛ ਸਨਾਵਰ ਸਕੂਲ, ਕੁਛ ਇਹੋ ਜਿਹੇ ਜਿਹੜੇ ਅੰਗਰੇਜ਼ੀ ਵਾਲੇ ਸਕੂਲਾਂ ਨੂੰ ਛੱਡ ਕੇ। ਉਹਦੇ 'ਚ ਵਿਗਿਆਨ ਵੀ ਪੰਜਾਬੀ 'ਚ ਪੜ੍ਹਾਈ ਜਾਂਦੀ ਸੀ, ਉਹਦੇ 'ਚ ਸਮਾਜ ਸ਼ਾਸਤਰ ਵੀ ਪੰਜਾਬੀ 'ਚ ਪੜ੍ਹਾਇਆ ਜਾਂਦਾ ਸੀ, ਹਿਸਾਬ ਵੀ ਪੰਜਾਬੀ 'ਚ ਹੁੰਦਾ ਸੀ, ਪੰਜਾਬੀ ਤਾਂ ਪੰਜਾਬੀ 'ਚ ਹੋਣੀ ਹੋਈ ਹੈ। ਅਤੇ ਉਹਦੇ ਵਿੱਚ ਪੜ੍ਹ ਕੇ ਮੇਰੇ ਵਰਗੇ ਬੰਦੇ ਪਿੰਡ 'ਚੋਂ ਬੋਰੀ ਘਰੋਂ ਲੈ ਕੇ ਜਾਂਦੇ ਸੀ, ਤੱਪੜ ਸਕੂਲ 'ਚ ਪੜ੍ਹ ਕੇ ਅਸੀਂ ਦੁਨੀਆ ਦੀ ਸਭ ਤੋਂ ਉੱਚੀ ਜਿਹੜੀ ਸਿੱਖਿਆ ਡਾਕਟਰੀ ਵਿਗਿਆਨ ਦੇ ਵਿੱਚ ਉਹ ਪ੍ਰਾਪਤ ਕਰਦੀ ਹੈ। ਅਤੇ ਕਦੀ ਇਹ ਦਿੱਕਤ ਨਹੀਂ ਆਈ, ਕਦੇ ਮਹਿਸੂਸ ਨਹੀਂ ਹੋਇਆ ਵੀ 10ਵੀਂ ਤੱਕ ਜਿਹੜੀ ਵਿਗਿਆਨ ਪੰਜਾਬੀ 'ਚ ਪੜ੍ਹੀ ਸੀ, ਰਸਾਇਣ ਵਿਗਿਆਨ ਜਾਂ ਭੌਤਿਕ ਵਿਗਿਆਨ ਜਾਂ ਜੀਵ ਵਿਗਿਆਨ, ਉਹਦੇ ਕਰਕੇ ਕਦੇ 11ਵੀਂ ਜਾਂ 12ਵੀਂ ਦੇ ਵਿੱਚ ਉਦੋਂ ਪ੍ਰੀ ਯੂਨੀਵਰਸਿਟੀ ਪ੍ਰੀ ਮੈਡੀਕਲ ਕਹਿੰਦੇ ਸੀ ਵੀ ਉਹਦੇ ਵਿੱਚ ਵਿਗਿਆਨ ਪੜ੍ਹਨ 'ਚ ਕਿਤੇ ਕੋਈ ਦਿੱਕਤ ਆਈ ਹੋਵੇ ਜਾਂ ਐਂ ਮਹਿਸੂਸ ਹੀਣਾ ਮਹਿਸੂਸ ਕਰਿਆ ਹੋਵੇ, ਵਿਗਿਆਨ ਸ਼ਬਦ ਆਊਟ ਹੁੰਦਾ ਜਾ ਰਿਹਾ। ਹਾਂ ਇਸੇ ਹੁੰਦਾ ਜਾ ਰਿਹਾ। ਹਾਂ ਅਤੇ ਦੂਜੀ ਗੱਲ ਇਹ ਵੀ ਦੇਖੀ ਉੱਥੇ ਵੀ ਜਿਹੜੇ ਜਿਨ੍ਹਾਂ ਨੂੰ ਮਾਡਰਨ ਸਕੂਲ ਕਿਹਾ ਜਾਂਦਾ, ਅੰਗਰੇਜ਼ੀ ਮਾਧਿਅਮ 'ਚੋਂ ਪੜ੍ਹ ਕੇ ਆਏ ਸੀ ਸਾਡੇ ਨਾਲ, ਉਹਨਾਂ ਨੂੰ ਅਸੀਂ ਕਹਿੰਦੇ ਸੀ ਵੀ ਅਸੀਂ ਦੇਖੋ ਮੂੰਹ ਜਾਂ ਪਚੀੜ ਕੇ ਤੁਹਾਡੀ ਤਰ੍ਹਾਂ ਅੰਗਰੇਜ਼ੀ 'ਚ ਗੱਲ ਤਾਂ ਨਹੀਂ ਕਰ ਸਕਦੇ, ਅਸੀਂ ਤਾਂ ਗੱਲ ਕਰਾਂਗੇ ਸਾਦੀ ਜੀ ਦੇਸੀ ਅੰਗਰੇਜ਼ੀ 'ਚ। ਪਰ ਸਵਾਲ ਇਹ ਹੈ ਵੀ ਅੰਗਰੇਜ਼ੀ ਦੇ ਵਿੱਚ ਵੀ ਗਰਾਮਰ ਦੇ ਤੌਰ 'ਤੇ ਲਿਖਣ ਦੇ ਵਿੱਚ ਅਸੀਂ ਤੁਹਾਡੇ ਉੱਪਰ ਰਹਾਂਗੇ ਅਤੇ ਰਹਿੰਦੇ ਸੀ। ਸੋ ਇਸ ਕਰਕੇ ਔਰ ਸਾਡੇ ਜਿਹੜੇ ਅਧਿਆਪਕ ਸੀ ਉਹ ਵੀ ਵਿਚਾਰ ਕੋਈ 8ਵੀਂ ਕੋਈ 10ਵੀਂ ਪਾਸ ਹੀ ਹੁੰਦੇ ਸੀ, ਬਹੁਤ ਜ਼ਿਆਦਾ ਪੜ੍ਹੇ ਹੁੰਦੇ ਸੀ। ਮੈਨੂੰ 10ਵੀਂ ਤੱਕ BSc ਮਾਸਟਰ ਸਾਇੰਸ ਪੜ੍ਹਾਉਣ ਵਾਸਤੇ ਨਹੀਂ ਮਿਲੇ, ਸਾਡੇ ਮਾਸਟਰ ਸਿਰਫ FSc ਹੁੰਦੇ ਸੀ ਜਿਹੜੇ ਸਾਨੂੰ ਸਾਇੰਸ ਪੜ੍ਹਾਉਂਦੇ ਸੀ 10ਵੀਂ 'ਚ ਵੀ। ਸੋ ਕਿਤੇ ਨਾ ਕਿਤੇ ਅਸੀਂ ਪੰਜਾਬੀ ਦੀਆਂ ਕਿਤਾਬਾਂ ਲਿਖਣ 'ਚ, ਪੰਜਾਬੀ ਜਿਹੜਾ ਇਹ ਸਿਆਸਤਦਾਨਾਂ 'ਤੇ ਬੜਾ ਜ਼ੋਰ ਲਾਇਆ ਜਾਂਦਾ, ਇਸ ਗੱਲ ਦੇ ਉੱਤੇ ਮੈਂ ਕਹਾਂਗਾ ਵੀ ਸਿਆਸਤਦਾਨ ਓਡਾ ਵੱਡਾ ਜ਼ਿੰਮੇਵਾਰ ਨਹੀਂ ਹੈ ਇਸ 'ਚ, ਜਿੱਡਾ ਵੱਡਾ ਜਿਹੜਾ ਸਾਡਾ ਬੁੱਧੀਜੀਵੀ ਹੈ, ਸਾਡਾ ਜਿਹੜੇ ਸਾਡੇ ਪੜ੍ਹਨ ਪੜ੍ਹਾਉਣ ਵਾਲੇ ਨੇ ਉਹਨਾਂ ਦੀ ਵੱਡੇ ਜਿਹੜੇ ਹੈਗੇ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ। ਸਾਡਾ ਮੀਡੀਆ ਵੀ ਜ਼ਿੰਮੇਵਾਰ ਹੈ, ਮੀਡੀਆ ਤਾਂ ਉਦੋਂ ਬਾਅਦ 'ਚ ਆਉਂਦਾ ਹੈ, ਮੀਡੀਆ ਬਾਅਦ 'ਚ ਆਉਂਦਾ ਹੈ। ਮੈਂ ਦੱਸਦਾ ਕਿਉਂ। ਜਿਵੇਂ ਹੁਣ ਸਾਡੀਆਂ ਲੇਖਕ ਸਭਾਵਾਂ ਨੇ ਕਈ ਬਣੀਆਂ ਹੋਈਆਂ ਨੇ, ਲੇਖਕ ਸਭਾਵਾਂ ਇਹ ਸਮਝਦੀਆਂ ਨੇ, ਇਹ ਮੰਗ ਕਰਦੀਆਂ ਨੇ ਵੀ ਪੰਜਾਬੀ ਲਾਗੂ ਕਰੋ, ਆ ਬੋਰਡਾਂ 'ਤੇ ਪੰਜਾਬੀ ਲਿਖਣ ਨੂੰ ਇਹ ਪੰਜਾਬੀ ਸਮਝ ਲੈਂਦੇ ਨੇ। ਦੂਜੀ ਗੱਲ ਬਹੁਤ ਵਾਰੀ ਇਹ ਗੁਰਮੁਖੀ ਲਿਪੀ ਨੂੰ ਪੰਜਾਬੀ ਸਮਝ ਲੈਂਦੇ ਨੇ, ਅੰਗਰੇਜ਼ੀ ਭਾਵੇਂ ਗੁਰਮੁਖੀ ਲਿਪੀ 'ਚ ਲਿਖੀ ਹੋਵੇ ਕਹਿੰਦੇ ਇਹ ਪੰਜਾਬੀ ਹੈ, ਉਹ ਪੰਜਾਬੀ ਨਹੀਂ ਹੈ। ਸੋ ਉਹਦੇ ਵਿੱਚ ਕੀ ਹੈ, ਉਹ ਨਿਬੰਧ ਲਿਖਣ ਨੂੰ, ਉਹ ਨਾਵਲ ਨੂੰ, ਕਹਾਣੀ ਨੂੰ, ਮਿੰਨੀ ਕਹਾਣੀ ਨੂੰ, ਖੁੱਲ੍ਹੀ ਕਵਿਤਾ ਨੂੰ, ਕਵਿਤਾ ਨੂੰ, ਆਲੋਚਨਾ ਨੂੰ, ਨਾਟਕ ਨੂੰ, ਉਹ ਸਿਰਫ ਇਹਨਾਂ ਨੂੰ ਹੀ ਪੰਜਾਬੀ ਸਮਝਦੇ ਨੇ, ਪੰਜਾਬੀ ਲੇਖਕ ਸਮਝਦੇ ਨੇ। ਉਹਨਾਂ ਨੇ ਕਦੇ ਕੋਸ਼ਿਸ਼ ਨਹੀਂ ਕਰੀ, ਸਾਰੀਆਂ ਲੇਖਕਾਂ ਦੀ ਸਭਾ ਨਾਲ ਮੇਰੀ ਗੱਲ ਹੋਈ ਹੈ ਵੀ ਤੁਸੀਂ ਕਦੇ ਸਮਾਜ ਸ਼ਾਸਤਰ ਨੂੰ, ਕਦੇ ਵਿਗਿਆਨ ਨੂੰ, ਕਦੇ ਭੌਤਿਕ ਵਿਗਿਆਨ ਨੂੰ, ਕਦੇ ਰਸਾਇਣ ਵਿਗਿਆਨ ਨੂੰ, ਕਦੇ ਭੂ ਵਿਗਿਆਨ ਨੂੰ, ਕਦੇ ਤੁਸੀਂ ਜਿਹਨੂੰ ਆਪਾਂ ਕਹੀਏ ਮਾਲ ਮਹਿਕਮੇ ਦੇ ਸ਼ਬਦਾਂ ਨੂੰ, ਕਦੇ ਪ੍ਰਸ਼ਾਸਨਿਕ ਸ਼ਬਦਾਵਲੀ ਨੂੰ, ਉਹਨੂੰ ਤੁਸੀਂ ਕਦੇ ਇਤਿਹਾਸ ਨੂੰ, ਕਦੇ ਤੁਸੀਂ ਸੋਚਿਆ ਵੀ ਅਦਾਲਤਾਂ ਦੀ ਭਾਸ਼ਾ, ਦਫ਼ਤਰੀ ਭਾਸ਼ਾ, ਇਹਦੇ ਬਾਰੇ ਕਦੇ ਤੁਸੀਂ ਸੋਚਿਆ ਵੀ ਪੰਜਾਬੀ ਦੇ ਸ਼ਬਦ, ਪੰਜਾਬੀ ਲਿਖਣ ਦਾ ਤੌਰ ਤਰੀਕਾ ਇਹਨਾਂ 'ਤੇ ਵੀ ਚਾਹੀਦਾ? ਇਹਨਾਂ 'ਤੇ ਸਵਾਲ ਹੋਣੇ ਚਾਹੀਦੇ ਆ। ਗਰਗ ਸਾਹਿਬ, ਮੈਂ ਇੱਕ ਸਵਾਲ ਤੁਹਾਨੂੰ ਕਰਨਾ ਚਾਹੁੰਦਾ, ਅਸੀਂ ਨਾ ਤਾਂ ਪੂਰੀ ਤਰ੍ਹਾਂ ਅੰਗਰੇਜ਼ੀ ਸਿੱਖ ਪਾਏ ਅਤੇ ਪੰਜਾਬੀ ਅਸੀਂ ਉਹ ਤੋਂ ਬੇਮੁੱਖ ਹੋ ਗਏ, ਅਸੀਂ ਪੰਜਾਬੀ ਤੋਂ ਮੂੰਹ ਮੋੜ ਲਿਆ, ਅਸੀਂ ਜਾ ਕੇ ਤੁਹਾਨੂੰ ਰਹੇ ਹਾਂ, ਗੁਆਚੇ ਫਿਰਦੇ ਹਾਂ ਜੀ। ਹਾਂ, ਕੋਈ ਦਿਸ਼ਾ ਹੀ ਨਹੀਂ ਲੱਭ ਰਹੀ। ਮੇਰਾ ਕੰਮ ਹੀ ਇਹ ਹੈ ਕਿ ਮੈਂ ਪਿੰਡਾਂ 'ਚ ਜਾਂਦਾ, ਉੱਥੇ ਮੈਰੀਟੋਰੀ ਸਕੂਲ ਜਿਹੜੇ ਆਪਣੇ ਹੈਗੇ ਆ, ਸਰਕਾਰ ਮੁਫਤ ਸਿੱਖਿਆ ਦੇ ਰਹੀ ਹੈ, ਪਰ ਪਲੱਸ ਟੂ ਤੋਂ ਬਾਅਦ ਜਦੋਂ ਪੁੱਛਦਾ ਉਹਨਾਂ ਨੂੰ ਕਿ ਤੁਸੀਂ ਕੀ ਕਰੋਗੇ, ਅਸੀਂ ਕੁਛ ਨਹੀਂ ਕਰ ਸਕਦੇ। ਕਾਰਨ ਹੈ ਕਿ ਪੰਜਾਬੀ 'ਚ ਉਹ ਸਾਇੰਸ ਜਿਹੜੀ ਪੜ੍ਹਾਈ ਜਾਂਦੀ ਹੈ, ਡਾਕਟਰ ਸਾਹਿਬ ਨੇ ਕਹਿ ਤਾਂ ਦਿੱਤਾ ਕਿ ਬਾਅਦ ਦੇ ਵਿੱਚ ਮੁਸ਼ਕਲ ਹੀ ਆਉਂਦੀ, ਬਹੁਤ ਮੁਸ਼ਕਲ ਆਉਂਦੀ ਹੈ ਉਹਨਾਂ ਨੂੰ ਜਦੋਂ ਪੰਜਾਬੀ ਤੋਂ ਇੰਗਲਿਸ਼ ਸ਼ਿਫਟ ਕਰਨਾ ਪੈਂਦਾ ਹੈ, ਤਾਂ ਸਾਡੇ ਵਰਗੇ ਨੂੰ ਆਹ ਡਾਇਰੈਕਟਰੀਆਂ ਪੰਜਾਬੀ 'ਚ ਤਿਆਰ ਕਰਵਾ ਕੇ ਦੇਣੀਆਂ ਪੈਂਦੀਆਂ ਇਸ ਸੰਸਥਾ ਨੂੰ, ਸਾਡੇ ਨੂੰ, ਕਿ ਭਾਈ ਤੁਸੀਂ ਇਹ ਇੰਗਲਿਸ਼ ਦੇ ਸ਼ਬਦ ਨੂੰ ਪੰਜਾਬੀ 'ਚ ਕੀ ਕਹਿਣਾ ਹੈਗਾ। ਜਿੰਨੀ ਦੇਰ ਉਹਨਾਂ ਨੂੰ ਇਹ ਅਸੀਂ ਜੋੜਦੇ ਨਹੀਂ ਆਪਸ ਦੇ ਵਿੱਚ, ਉਨੀ ਦੇਰ ਉਹ ਸਾਇੰਸ ਦੇ ਵਿੱਚ
ਪਿੱਛੇ ਰਹਿ ਜਾਂਦੇ ਨੇ। ਮੇਰੇ ਆਪਦੇ ਨਾਲ ਹੋਇਆ, ਮੈਟ੍ਰਿਕ ਦੇ ਵਿੱਚ ਮੈਂ ਸਕੂਲ 'ਚੋਂ ਟੌਪ ਕੀਤਾ ਅਤੇ ਜਦੋਂ ਮੈਂ ਪਲੱਸ ਵਾ ਇੱਥੋਂ ਉਦੋਂ ਪ੍ਰੈਪ ਕਹਿੰਦੇ ਸੀ ਜਾਂ ਪੀ ਇੰਜੀਨੀਅਰ ਕਹਿੰਦੇ ਡੀ ਵੀ ਕੋਲ ਚੰਡੀਗੜ੍ਹ ਆਇਆ ਤਾਂ ਮੇਰੇ ਨੰਬਰ 20% ਘੱਟ ਗਏ ਜੀ। ਪੜ੍ਹਾਈ ਉੱਨੀ ਉਹ ਕਰਦਾ ਸੀਗਾ, ਗੱਲ ਇਹ ਸੀ ਕਿ ਉੱਥੇ ਪੰਜਾਬੀ ਮੀਡੀਅਮ 'ਚ ਪੜ੍ਹਿਆ ਸੀ, ਸਾਨੂੰ ਕਿਸੇ ਨੇ ਪੰਜਾਬੀ ਤੋਂ ਇੰਗਲਿਸ਼ ਦੇ ਵਿੱਚ ਦੱਸਿਆ ਨਹੀਂ ਵੀ ਇਹਨੂੰ ਕੀ ਕਹਿੰਦੇ ਨੇ। ਉੱਥੇ ਜਾ ਕੇ ਸਾਰਾ ਕੁਛ ਇੰਗਲਿਸ਼ 'ਚ ਹੋ ਗਿਆ, ਸਾਨੂੰ ਕੋਪ ਅਪ ਕਰਨ 'ਤੇ ਪ੍ਰੀ ਇੰਜੀਨੀਅਰ ਜਾ ਕੇ ਅਗਲੇ ਸਾਲ ਜਾ ਕੇ ਥੋੜ੍ਹਾ ਬਹੁਤ ਠੀਕ ਹੋਇਆ। ਫਿਰ ਵੀ ਅਸੀਂ ਬੜੀ ਮੁਸ਼ਕਲ ਨਾਲ ਇੰਜੀਨੀਅਰਿੰਗ ਕਾਲਜ 'ਚ ਐਡਮਿਸ਼ਨ ਲਈ। ਜੇ ਅਸੀਂ ਉਹੀ ਚੀਜ਼ ਸਾਨੂੰ ਪਤਾ ਹੁੰਦਾ ਵੀ ਪੰਜਾਬੀ ਵਾਲੀ ਚੀਜ਼ ਨੂੰ ਇੰਗਲਿਸ਼ ਦੇ ਵਿੱਚ ਆਹ ਕਹਿੰਦੇ ਨੇ, ਅਸੀਂ ਉੱਧਰ ਨੂੰ ਹੋ ਜਾਂਦੇ। ਸਾਡੀ ਸਾਡੀ ਭਾਸ਼ਾ ਦੇ ਵਿੱਚ ਦੂਜੇ ਸ਼ਬਦਾਂ ਦਾ ਭਾਰ ਬਹੁਤ ਜ਼ਿਆਦਾ ਨਹੀਂ ਪੈ ਗਿਆ? ਤੁਸੀਂ ਵੀ ਹੁਣ ਸਿੱਖਿਆ ਸ਼ਬਦ ਵਰਤਿਆ, ਪਰਸੈਂਟ ਸ਼ਬਦ ਵਰਤਿਆ, ਇਹ ਕੋਈ ਗੁਨਾਹ ਤਾਂ ਨਹੀਂ ਹੈਗਾ? ਕਿਉਂਕਿ ਸਾਰੇ ਕਹਿ ਦਿੰਦੇ ਆ, ਕਹਿੰਦੇ ਤੁਸੀਂ ਆਪ ਤਾਂ ਪੂਰੀ ਪੰਜਾਬੀ ਬੋਲਦੇ ਨਹੀਂ ਗੇ, ਕਿਉਂਕਿ ਤੁਸੀਂ ਹਿੰਦੀ ਦਾ ਸ਼ਬਦ ਹੀ ਵਰਤ ਲਿਆ, ਅੰਗਰੇਜ਼ੀ ਦਾ ਸ਼ਬਦ ਹੀ ਵਰਤ ਲਿਆ। ਨਹੀਂ ਇਹ ਤਾਂ ਦੇਖੋ, ਇਹ ਤਾਂ ਹੈ ਇਹ ਚੀਜ਼ ਹੈ ਵੀ ਜਿਹੜੀ ਤੁਸੀਂ ਕਹਿੰਦੇ ਹੋ ਵੀ ਪਿਓਰ ਪੰਜਾਬੀ, ਤਾਂ ਜਦੋਂ ਅਸੀਂ ਟੈਕਨੋਲੋਜੀ ਪੜ੍ਹ ਲੈਂਦੇ, ਡਾਕਟਰ ਸਾਹਿਬ ਇਹ ਪੜ੍ਹ ਲੈਂਦੇ ਜਾਂ ਮੈਂ ਇੰਜੀਨੀਅਰਿੰਗ, ਪੰਜਾਬੀ ਨਾਲ ਵੀ ਪਿਓਰ ਸ਼ਬਦ ਆ ਗਿਆ। ਹਾਂ, ਇਹ ਵੀ ਗੂੜ ਸ਼ਬਦ ਤੋਂ ਹੀ ਪਾਸੇ ਹੋ ਗਏ। ਗੁੜ ਤੋਂ ਅਸੀਂ ਜਿਹੜੇ ਟੈਕਨੋਕ੍ਰੈਟ ਸੁਣਦੇ ਹਾਂ ਥੋੜ੍ਹੇ ਜਿਹੇ ਪਾਸੇ ਹੋ ਜਾਂਦੇ ਹਾਂ, ਕਿਉਂਕਿ ਸਾਨੂੰ ਸਾਰਾ ਕੁਛ ਉਹ ਇੰਗਲਿਸ਼ ਦੇ ਵਿੱਚ ਜਾਂ ਹੋਰ ਲੈਂਗੁਏਜ 'ਚ ਪੜ੍ਹਨਾ ਪੈਂਦਾ। ਚਲੋ ਠੀਕ ਠੀਕ ਹੈ, ਛੋਟਾ ਜਿਹਾ ਵਕਫਾ ਲਵਾਂਗੇ, ਵਕਫੇ ਤੋਂ ਵਾਪਸ ਆਵਾਂਗੇ। ਸਵਾਲ ਬਹੁਤ ਸਾਰੇ ਹੈਗੇ ਆ। ਆਥਣ ਵੇਲੇ ਤੁਸੀਂ ਬੈਠੇ ਹੋ, ਆਥਣ ਸ਼ਬਦ ਅਸੀਂ ਭੁੱਲ ਗਏ ਹਾਂ, ਤਰਕਾਲਾਂ ਵੇਲੇ ਕੀ ਹੁੰਦਾ ਸੀ ਅਸੀਂ ਉਹ ਭੁੱਲ ਗਏ ਹਾਂ, ਅਤੇ ਜਦੋਂ ਅਸੀਂ ਸ਼ਬਦ ਭੁੱਲਦੇ ਹਾਂ ਪਿੰਡਾਂ ਦੀਆਂ ਫਿਰਨੀਆਂ ਵਿੱਚ ਅਸੀਂ ਘੁੰਮਦੇ ਹਾਂ, ਉਦੋਂ ਸਾਨੂੰ ਸਮਝ ਨਹੀਂ ਆ ਰਹੀ ਅਸੀਂ ਸੜਕ ਦੇ ਪਾਰ ਜਾਣਾ, ਸੜਕ ਨੂੰ ਟੱਪਣਾ, ਸੜਕ ਨੂੰ ਲੰਘਣਾ। ਸਾਨੂੰ ਜਦੋਂ ਇਹ ਨਹੀਂ ਪਤਾ ਲੱਗ ਰਿਹਾ, ਫਿਰ ਅਸੀਂ ਸਵਾਲ ਪੁੱਛਣਾ ਲਾਜ਼ਮੀ ਹੋ ਜਾਂਦਾ ਕਿ ਜੇ ਪੰਜਾਬੀ ਦੇ ਨਾਲ ਇਹ ਕੁਛ ਸਭ ਕੁਛ ਹੋ ਰਿਹਾ, ਕੀ ਅਸੀਂ ਵਿਸ਼ਵ ਪੱਧਰ 'ਤੇ ਆਪਦੇ ਆਪ ਨੂੰ ਪਿੱਛੇ ਰੱਖਣਾ ਸ਼ੁਰੂ ਕਰਤਾ ਜਾਂ ਸਾਨੂੰ ਪਿੱਛੇ ਕੀਤਾ ਜਾ ਰਿਹਾ? ਅਤੇ ਉਸ ਲਈ ਜ਼ਿੰਮੇਵਾਰ ਇਕੱਲੀਆਂ ਸਿਆਸੀ ਧਿਰਾਂ ਨਹੀਂ ਹੈਗੀਆਂ, ਡਾਕਟਰ ਗਰਗ ਕਹਿ ਰਹੇ ਆ, ਕੌਣ ਕੌਣ ਜ਼ਿੰਮੇਵਾਰ ਹੈਗਾ? ਅਸੀਂ ਤੁਸੀਂ ਵੀ ਹੈਗੇ। ਬ੍ਰੇਕ ਤੋਂ ਵਾਪਸ ਆ ਰਹੇ ਹਾਂ, ਵਕਫੇ ਤੋਂ ਬਾਅਦ ਵਾਪਸ ਆਵਾਂਗੇ ਜ਼ਰੂਰ। ਸਵਾਲ ਇੱਕੋ ਪੁੱਛ ਰਿਹਾ, ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਮਾਂ ਬੋਲੀ ਪੰਜਾਬੀ ਲਈ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਕੀ ਕੀਤਾ? ਤਾਰਨੀ ਸਾਹਿਬ, ਹੁਣ ਖੰਘ ਸ਼ਬਦ ਹੈ ਜਿਹੜਾ, ਜਿਹੜੀ ਖੰਘ ਤੁਹਾਨੂੰ ਆ ਰਹੀ ਸੀ ਉਸ ਤੋਂ ਵੀ ਅਸੀਂ ਪਾਸੇ ਹੁੰਦੇ ਜਾ ਰਹੇ ਹਾਂ, ਅਸੀਂ ਖਾਂਸੀ 'ਤੇ ਪਹੁੰਚ ਗਏ ਹਾਂ। ਤਾਰਨੀ ਸਾਹਿਬ, ਇੰਝ ਡਾਕਟਰ ਗਰਗ ਨੇ ਥੋੜ੍ਹਾ ਜਿਹਾ ਤੁਹਾਨੂੰ ਸੁਰੱਖਿਅਤ ਕਰ ਲਿਆ ਕਿ ਇਕੱਲੀ ਸਿਆਸੀ ਧਿਰਾਂ ਜ਼ਿੰਮੇਵਾਰ ਨਹੀਂ ਹੈਗੀਆਂ ਗੀਆਂ, ਪਰ ਜਿਹੜਾ ਸਿਆਸੀ ਧਿਰਾਂ ਜ਼ਿੰਮੇਵਾਰੀ ਸੀ, ਤੁਸੀਂ ਉਹ ਜ਼ਿੰਮੇਵਾਰੀ ਕਿਉਂ ਨਹੀਂ ਨਿਭਾ ਸਕੇ? ਦੇਖੋ ਕੇ ਪੀ ਜੀ, ਮੈਂ ਤੁਹਾਨੂੰ ਰਿਕੁਐਸਟ ਕਰੂੰਗਾ, ਬੇਨਤੀ ਕਰੂੰਗਾ ਕਿ ਮੈਨੂੰ ਅੱਜ ਤੁਸੀਂ ਸਿਆਸੀ ਤੌਰ 'ਤੇ ਰਹਿਣ ਹੀ ਦਿਓ। ਮੈਂ ਪੰਜਾਬੀ ਦਾ ਸਟੂਡੈਂਟ ਹੋਣ ਦੇ ਨਾਤੇ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਇਸ ਪੰਜਾਬੀ ਬੋਲੀ ਦੇ ਨਾਲ, ਮਾਂ ਬੋਲੀ ਦੇ ਨਾਲ ਨਿਆਂ ਕਰ ਸਕਾਂ। ਇਹ ਬਿਲਕੁਲ ਤੁਹਾਡੀ ਸਹੀ ਗੱਲ ਹੈ। ਮੈਂ ਤਾਂ ਸਿਆਸੀ ਤੌਰ 'ਤੇ ਸਵਾਲ ਕਰੂੰਗਾ, ਮੈਂ ਉਹਦਾ ਜਵਾਬ ਮੈਂ ਤੁਹਾਨੂੰ ਉਹ ਤੋਂ ਪਾਸੇ ਨਹੀਂ ਕਰ ਸਕਦਾ। ਮੈਂ ਉਹੀ ਗੱਲ ਕਰਦਾ ਨਾ, ਦੇਖੋ ਮੈਂ ਹੁਣ ਇਹੀ ਗੱਲ ਕਰਦਾ ਕਿ ਸਿਆਸਤ ਦਾ ਹੀ ਅਸਰ ਜਿਹੜਾ ਹੈਗਾ ਪੰਜਾਬੀ 'ਤੇ ਹਮੇਸ਼ਾ ਹੀ ਰਿਹਾ, ਕਿਉਂਕਿ ਇਹ ਇੱਕ ਪੰਜਾਬ ਜਿਹੜਾ ਇੱਕ ਐਸਾ ਖਿੱਤਾ ਹੈ ਜਿਹਦੇ ਉੱਤੇ ਵੱਖ ਵੱਖ ਬੋਲੀਆਂ ਦਾ ਬਹੁਤ ਪ੍ਰਭਾਵ ਰਿਹਾ। ਜਦੋਂ ਮੁਗਲਸ ਇੱਥੇ ਆਏ ਤਾਂ ਉਰਦੂ ਦਾ ਬਹੁਤ, ਫਾਰਸੀ ਦਾ ਬਹੁਤ ਪ੍ਰਭਾਵ ਰਿਹਾ, ਜਿਹਦੇ ਵਿੱਚ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਪੰਜਾਬੀ ਨੇ ਅਡੋਪਟ ਕਰ ਲਏ। ਜਿਵੇਂ ਮੈਂ ਲਾ ਦਾ ਉਹ ਹੋਣ ਕਰਕੇ, ਵਕੀਲ ਹੋਣ ਦੇ ਨਾਤੇ ਮੈਂ ਤੁਹਾਨੂੰ ਅੱਜ ਦੱਸਦਾ ਕਿ ਅੱਜ ਤੱਕ ਅਸੀਂ ਵਕਾਲਤਨਾਮੇ ਦਾ ਸ਼ਬਦ ਨਹੀਂ ਟੋਲ ਸਕੇ, ਅਸੀਂ ਤਲਵਾਨੇ ਦਾ ਸ਼ਬਦ ਨਹੀਂ ਟੋਲ ਸਕੇ, ਅਸੀਂ ਫਰਿਸ਼ਤ ਦਸਤਾਵੇਜ਼ ਦਾ ਅਸੀਂ ਸ਼ਬਦ ਨਹੀਂ ਟੋਲ ਸਕੇ। ਸਾਡੀ ਇਹ ਤ੍ਰਾਸਦੀ ਹੈਗੀ ਹੈ, ਇਹ ਕੋਟਾਂ ਦੀ ਤ੍ਰਾਸਦੀ ਕਹਿ ਲਓ। ਔਰ ਦੂਜਾ ਅਸਰ ਸਾਡੇ 'ਤੇ ਹੋਇਆ ਜਦੋਂ ਅੰਗਰੇਜ਼ ਇੱਥੇ ਜਿਹੜੇ ਹੈਗੇ ਹਿੰਦੁਸਤਾਨ ਦੇ ਵਿੱਚ ਆ ਗਏ ਤਾਂ ਉਹਨਾਂ ਨੇ ਅੰਗਰੇਜ਼ੀ ਦਾ ਅਸਰ ਜਿਹੜਾ ਹੈਗਾ ਪੰਜਾਬੀ 'ਤੇ ਇਸ ਤਰੀਕੇ ਦੇ ਨਾਲ ਚੜ੍ਹਤਾ। ਪਰ ਹਾਂ, ਜਿਹੜੀਆਂ ਉਸ ਤੋਂ ਬਾਅਦ ਸਾਡੀਆਂ ਆਪਦੀਆਂ ਸਰਕਾਰਾਂ ਸੀ, ਇਹਨਾਂ ਨੇ ਵੀ, ਮੈਂ ਇਹ ਸਮਝਦਾ ਹੈ ਕਿ ਇਹਨਾਂ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਸੀ, ਇਹਨਾਂ ਨੇ ਜ਼ਿੰਮੇਵਾਰੀ ਉਨੇ ਵਧੀਆ ਤਰੀਕੇ ਨਾਲ ਨਹੀਂ ਨਿਭਾਈ। ਹੁਣ ਮੈਂ ਤੁਹਾਨੂੰ, ਤੁਸੀਂ ਕਹੋਗੇ ਇਹ ਨਾ ਇਹ ਸਮਝਿਓ ਕਿ ਮੈਂ ਕਿਸੇ ਨੂੰ ਕਿੰਤੂ ਪ੍ਰੰਤੂ ਕਹਿ ਕੇ ਆਵਾਜ਼ ਕਰ ਰਹੇ ਹਾਂ। ਤੁਸੀਂ ਕੈਪਟਨ ਸਾਹਿਬ ਅੱਜ ਸਾਡੇ ਸੂਬੇ ਦੇ ਮੁੱਖ ਮੰਤਰੀ ਹੈਗੇ ਆ, ਮੈਂ ਚਲੋ ਕਪਤਾਨ ਸਾਹਿਬ ਵੀ ਕਹਿ ਸਕਦਾ ਪਰ ਉਹਨਾਂ ਨੂੰ ਕੈਪਟਨ ਸਾਹਿਬ ਹੀ ਕਹਿੰਦੇ ਆ, ਇੱਕ ਵੀ ਭਾਸ਼ਣ ਮੈਨੂੰ ਉਹਨਾਂ ਦਾ ਤੁਸੀਂ ਪੰਜਾਬੀ ਦੇ ਵਿੱਚ ਸੁਣਾ ਦਿਓ। ਸੋ ਜਿਹੀ ਜਿਹੀ ਕੋਕੋ ਇਹੋ ਜਿਹੇ ਕੋਕੋ ਦੇ ਬੱਚਿਆਂ ਨੇ ਗਾਹਾਂ ਹੋਣਾ ਹੈਗਾ। ਸੋ ਪੰਜਾਬ ਦੇ ਵਿੱਚ ਪੰਜਾਬ ਦੀ ਇਹ ਤ੍ਰਾਸਦੀ ਰਹੀ ਹੈ ਕਿ ਪੰਜਾਬ ਦੇ ਉੱਤੇ ਕਈ ਬੋਲੀਆਂ ਦਾ ਅਸਰ ਰਿਹਾ। ਜਿਵੇਂ ਮੈਂ ਤੁਹਾਨੂੰ ਦੱਸਦਾ, ਜੇ ਆਪਾਂ ਹਰਿਆਣੇ ਦੇ ਨਾਲ ਨਾਲ ਦਾ ਜਿਹੜਾ ਏਰੀਆ ਹੈਗਾ ਉੱਥੇ ਤੱਤ ਸਾ ਅਤੇ ਤੱਤ ਭਾਵ ਜਿਹੜੀਆਂ ਭਾਸ਼ਾਵਾਂ ਹੈਗੀਆਂ ਇਹਨਾਂ ਦਾ ਅਸਰ ਹੈਗਾ। ਔਰ ਜੇ ਆਪਾਂ
ਆਪਣਾ ਪਟਿਆਲੇ ਤੇ ਉੱਪਰਲੇ ਪਾਸੇ ਚਲੇ ਜਾਈਏ ਹਰਿਆਣੇ ਦੇ ਨਾਲ ਬਾਂਗਰ ਦਾ ਏਰੀਆ ਲੱਗ ਜਾਂਦਾ। ਮੈਂ ਕਹਿੰਦਾ ਵੀ ਸਿਆਸਤ ਦਾ ਅਸਰ ਹੋਣਾ ਚਾਹੀਦਾ ਸੀ। ਇਹ ਪੰਜਾਬੀ ਬੋਲੀ ਦੀ ਤ੍ਰਾਸਦੀ ਹੈਗੀ ਆ। ਇੱਕ ਪਾਸੇ ਤਾਂ ਅਸੀਂ ਕਹੀ ਜਾਂਦੇ ਕਿ ਗੁਰੂਆਂ ਦੀ ਬੋਲੀ ਆ, ਸਾਡੇ ਗੁਰੂਆਂ ਦੀ ਬੋਲੀ ਹੈਗੀ ਹੈ, ਫਿਰ ਅਸੀਂ ਉਸ ਬੋਲੀ ਦੇ ਗੁਰੂਆਂ ਦੇ ਨਾਂ ਤੇ ਵੋਟਾਂ ਮੰਗਦੇ ਹਾਂ। ਬਿਲਕੁਲ, ਤਾਂ ਤੁਹਾਨੂੰ ਸਵਾਲ ਕਰ ਰਿਹਾ। ਮੈਨੂੰ ਗੁੱਸੇ ਚ ਵੀ ਬੋਲਣਾ ਪੈਂਦਾ ਜੇ ਮਾਖਿਓ ਮਿੱਠੀ ਮੈਂ ਗੱਲ ਕਰਦਾ ਰਿਹਾ ਤੁਹਾਡੇ ਨਾਲ, ਤੇ ਮੈਨੂੰ ਲੱਗਦਾ ਸ਼ਾਇਦ ਤੁਹਾਨੂੰ ਵੀ ਸੁਣੇਗਾ ਨਹੀਂ। ਸਵਾਲ ਇਹ ਹੈਗਾ, ਕੌਮਾਂਤਰੀ ਮਾਤ ਭਾਸ਼ਾ ਦਿਹਾੜੇ ਮੌਕੇ ਤੁਸੀਂ ਐਲਾਨ ਕਰ ਦਿੰਦੇ ਹੋ, ਉਸ ਤੋਂ ਇਲਾਵਾ ਤੁਸੀਂ ਜਿਹੜੇ ਤੁਹਾਡੇ ਵਿਰੁੱਧ ਰੋਸ ਮੁਜ਼ਾਹਰੇ ਕਰਦੇ ਹੋ ਉਹਨਾਂ ਤੁਸੀਂ ਪਰਚੇ ਦਰਜ ਕਰਦੇ ਹੋ, ਇਹ ਤੁਹਾਡਾ ਵੀ ਦੋ ਮੂੰਹੀ ਚਿਹਰਾ ਹੈ। ਦੇਖੋ ਕੇਪੀ ਜੀ, ਤੁਹਾਡੀ ਗੱਲ ਦਾ ਉੱਤਰ ਦੇਣ ਤੋਂ ਪਹਿਲਾਂ ਮੈਂ ਧਾਰਨੀ ਸਾਹਿਬ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਹਾਂ ਵੀ ਧਾਰਨੀ ਸਾਹਿਬ, ਤੁਸੀਂ ਮੈਨੂੰ ਦੱਸੋ ਕਿੰਨੀਆਂ ਸਪੀਚਾਂ ਮੈਂ ਤੁਹਾਨੂੰ ਹੁਣੀ ਐਟ ਪ੍ਰੈਜੈਂਟ ਦੇਵਾਂ ਕੈਪਟਨ ਅਮਰਿੰਦਰ ਸਿੰਘ ਦੀਆਂ? ਉਹ ਐਕਚੁਅਲੀ ਆਦੀ ਉਹ ਆਦੀ ਗੱਲ ਪੂਰੀ ਨਹੀਂ ਕਹਿ ਸਕੇ, ਉਹਨਾਂ ਦਾ ਮਤਲਬ ਇਹ ਸੀਗਾ ਸਦਨ ਦੇ ਵਿੱਚ ਸਹੁੰ ਚੁੱਕਦੇ ਆ ਉਦੋਂ, ਉਹ ਬੜੇ ਬੜੇ ਸਵਾਲ ਹੈ, ਛੱਡੋ ਉਹਨਾਂ ਗੱਲ ਨੂੰ ਨਾ, ਤੁਸੀਂ ਸਿਆਸਤ ਦੀ ਕਰਨੀ ਆ, ਇੱਕ ਮਿੰਟ ਕੋਈ ਛੱਡ ਦੋ, ਧਾਰਨੀ ਸਾਹਿਬ ਛੱਡ ਦੋ, ਮੇਰੀ ਗੱਲ ਬਣ ਕੇ ਆਪਣੀ ਗੱਲ ਨੂੰ ਕਿਉਂ ਕਰ ਰਹੇ ਹੋ? ਤੁਸੀਂ ਮੁੱਦੇ ਨੂੰ ਭੜਕਾਉਣਾ, ਮੈਨੂੰ ਪਤਾ ਨਾ ਤੁਹਾਡਾ, ਨਹੀਂ ਮੈਂ ਕੋਈ ਨਹੀਂ ਭੜਕਾ ਰਿਹਾ ਜੀ, ਸਾਰੀਆਂ ਸਿਆਸੀ ਭੜਕਾ ਰਿਹਾ, ਸਾਰੀਆਂ ਸਿਆਸੀ ਦੀ ਰਾਇਤਾ ਕਰਦੀਆਂ। ਦੂਜੀ ਗੱਲ, 2012 ਦੇ ਵਿੱਚ ਤੁਹਾਡੀ ਹੀ ਸਰਕਾਰ ਨੇ ਐਕਟ ਪਾਸ ਕੀਤਾ ਸੀਗਾ, ਉਦੋਂ ਬਾਅਦ ਤੁਹਾਡੀ 5 ਸਾਲ ਸਰਕਾਰ ਰਹੀ, ਤੁਸੀਂ ਇਹਨੂੰ ਐਗਜ਼ੀਕਿਊਟ ਨਹੀਂ ਕੀਤਾ। ਔਰ ਇਹ ਮੈਂ ਤੁਹਾਡੇ 'ਤੇ ਨਹੀਂ ਬਲੇਮ ਕਰਦਾ, ਸਾਡੀ ਵੀ ਸਰਕਾਰ ਦੀ ਨਾਕਾਮੀ ਰਹੀ ਹੈ ਵੀ ਜੇ ਇਹ ਐਕਟ ਪਾਸ ਹੋ ਗਿਆ ਸੀਗਾ ਤਾਂ ਸਾਨੂੰ ਉਹਨੂੰ ਐਗਜ਼ੀਕਿਊਟ ਅਤੇ ਇੰਪਲੀਮੈਂਟ ਕਰਨਾ ਚਾਹੀਦਾ ਸੀਗਾ। ਅਤੇ ਮੈਂ ਕੇਪੀ ਜੀ ਤੁਹਾਡੇ ਮੰਚ ਤੋਂ ਇਹ ਕਹਿਣਾ ਚਾਹੁੰਦਾ ਵੀ ਇਹਨਾਂ ਵਾਂਗੂ ਅਸੀਂ ਇਸ ਚੀਜ਼ ਤੋਂ ਭੱਜਦੇ ਨਹੀਂ। ਬਿਲਕੁਲ, ਇਹ ਮਤਲਬ ਨੋਟਿਸ ਦੇ ਵਿੱਚ ਕੁਛ ਸੰਸਥਾਵਾਂ ਨੇ ਲਿਆਂਦਾ ਹੈ ਅਤੇ ਸਾਡੀ ਸਰਕਾਰ ਵਚਨਬੱਧ ਹੈ ਇਹਦੇ ਉੱਤੇ ਵੀ ਸਾਡੇ ਜੋ ਇਹਦੇ 'ਤੇ ਅਸੀਂ ਬੈਸਟ ਕਰ ਸਕਦੇ ਹੋਵਾਂਗੇ। ਸਾਡੀ ਪਾਰਟੀ ਦਬਾਅ ਵੀ ਪਾਏਗੀ ਸਰਕਾਰ ਦੇ ਉੱਤੇ ਕਿ ਮਾਂ ਬੋਲੀ ਨੂੰ ਲੈ ਕੇ ਅਸੀਂ ਜੋ ਬੈਸਟ ਕਰ ਸਕਦੇ ਹੋਈਏ ਉਹਨੂੰ ਅਸੀਂ ਕਰ ਸਕੀਏ। ਠੀਕ ਹੈ, ਐਮ ਐਲ ਗਰਗ ਸਾਹਿਬ। ਜੀ ਸਰ, ਗਰਗ ਸਾਹਿਬ ਸਵਾਲ ਇਹ ਹੈਗਾ ਕਿ ਜਦੋਂ ਇਸ ਦੇ ਵਿਰੁੱਧ ਮੁਹਿੰਮ ਸ਼ੁਰੂ ਹੁੰਦੀ ਹੈ, ਕੋਈ ਰੋਸ ਮੁਜ਼ਾਹਰੇ ਸ਼ੁਰੂ ਕੀਤੇ ਜਾਂਦੇ ਆ, ਉਹ ਰੋਸ ਮੁਜ਼ਾਹਰੇ ਜਿਵੇਂ ਡਾਕਟਰ ਗਰਗ ਨੇ ਇੱਕ ਗੱਲ ਕਹੀ ਹੈ ਕਿ ਅਸੀਂ ਮੀਲ ਪੱਥਰਾਂ ਅਤੇ ਤਖਤੀਆਂ ਤੱਕ ਸੀਮਤ ਹੋ ਕੇ ਰਹਿ ਗਏ ਹਾਂ, ਜਿਹੜਾ ਅਸਲ ਵਿੱਚ ਕੰਮ ਕਰਨਾ ਚਾਹੀਦਾ, ਜਿਹੜੀਆਂ ਕੇਂਦਰੀ ਲੇਖਕ ਸਭਾਵਾਂ ਹੈਗੀਆਂ ਜਾਂ ਹੋਰ ਜਥੇਬੰਦੀਆਂ ਹੈਗੀਆਂ, ਜਿਹੜਾ ਕੰਮ ਧਾਰਮਿਕ ਤੌਰ 'ਤੇ ਵੀ ਕਰਨਾ ਚਾਹੀਦਾ, ਉਹ ਅਸੀਂ ਉਸ ਵਿੱਚ ਪਛੜ ਗਏ। ਤੁਹਾਨੂੰ ਧਾਰਮਿਕ ਮਤਲਬ ਵੀ ਤਾਂ ਜੀ ਧਾਰਮਿਕਤਾ ਆਪਣਾ ਧਾਰਮਿਕ ਦੇ ਗ੍ਰੰਥ ਤਾਂ ਤਕਰੀਬਨ ਪੁਰਾਣੀਆਂ ਲੈਂਗੁਏਜ ਹੈਗੀਆਂ, ਪੁਰਾਣੀ ਪੰਜਾਬੀ 'ਚ ਵੀ ਹੈਗੀਆਂ, ਚਲੋ ਬਾਕੀ ਜਿੰਨੇ ਚਾਹੀਦੇ ਆ। ਤੁਸੀਂ ਗੱਲ ਆਓ ਜਿਹੜੀ ਇਸ ਵੇਲੇ ਦੀ ਸਟੱਡੀ ਹੈ ਉਹਦੇ ਵਿੱਚ ਸਾਇੰਸ ਦੇ ਵਿੱਚ ਸਾਨੂੰ ਮੇਜਰ ਮੁਸ਼ਕਲ ਆ ਰਹੀ ਹੈ। ਸਾਇੰਸ ਦੇਖੋ ਕਿੰਨੇ ਵਿਸ਼ੇ ਹੋ ਗਏ, ਉਹਦੇ ਵਿੱਚ ਕੋਈ ਸ਼ਬਦ ਕੋਸ਼ ਨਹੀਂ ਬਣਿਆ ਜਿਹਦੇ ਵਿੱਚ ਬੱਚਾ ਆਪਦੀ ਮਾਤਰ ਬੋਲੀ 'ਚ ਜਿਹੜੀ ਪੜ੍ਹਦਾ ਰਹਿੰਦਾ 10ਵੀਂ ਤੱਕ ਮੱਥਾ ਮਾਰਦਾ ਰਹਿੰਦਾ ਹੈਗਾ ਵੀ ਉਹਨੂੰ ਅੱਗੇ ਜਾ ਕੇ ਪਤਾ ਲੱਗ ਜਾਵੇ ਵੀ ਇਹਨੂੰ ਕੀ ਚੀਜ਼ ਕਹਿੰਦੇ ਨੇ। ਉਹ ਇਸੇ ਕਰਕੇ ਜਿਹੜੇ ਸਾਡੇ ਬੱਚੇ ਜ਼ਿਆਦਾ ਸਾਇੰਸ ਵੱਲ ਧਿਆਨ ਨਹੀਂ ਦੇ ਰਹੇ, ਸਾਇੰਸ ਦੇ ਵਿੱਚ ਨਹੀਂ ਜਾ ਰਹੇ ਜੇ, ਸਾਇੰਸ ਦੇ ਸਾਇੰਟਿਸਟ ਨਹੀਂ ਬਣ ਰਹੇ, ਨੋਬਲ ਪ੍ਰਾਈਜ਼ ਸਾਇੰਸ ਦੇ ਨਹੀਂ ਸਾਡੇ ਬੱਚੇ ਲੈ ਸਕਦੇ ਨੇ ਜੇ ਇਹ ਬੱਚੇ ਜੇ ਸਰਕਾਰਾਂ ਸਾਡੀਆਂ ਇਹ ਗੱਲ ਸੁਣ ਕੇ ਆਪਦਾ ਐਕਟ ਪਾਸ ਕਰਕੇ ਉਹਨੂੰ ਚੰਗੀ ਤਰ੍ਹਾਂ ਸਪਿਰਿਟ ਨਾਲ ਲਾਗੂ ਕਰ ਦੇਣ। ਤਾਂ ਕੋਈ ਰੀਜ਼ਨ ਨਹੀਂ ਹੈ ਕਿ ਪੰਜਾਬ ਦਾ ਕੋਈ ਵੀ ਬੱਚਾ ਐਡੇ ਐਡੇ ਦੂਰ ਆਪਣੇ ਪੜ੍ਹਾਈ ਦੇ ਪੱਖੋਂ ਸਿਰੇ 'ਤੇ ਆਵੇ। ਮੈਂ ਬਿਲਕੁਲ ਨਹੀਂ ਸਹਿਮਤ ਇਹਨਾਂ ਨਾਲ। ਇਹ ਗੱਲਾਂ ਜਿੰਨੀਆਂ 1964 ਤੱਕ ਸਾਰਾ ਮਾਧਿਅਮ ਪੰਜਾਬੀ ਰਿਹਾ, ਔਰ ਉਹਦੇ 'ਚੋਂ ਡਾਕਟਰ ਬਣੇ ਨੇ, ਇੰਜੀਨੀਅਰ ਬਣੇ ਨੇ, ਮੇਰੇ ਆਪਣੇ ਜਮਾਤੀ IAS ਕਰੀ, ਇੰਜੀਨੀਅਰ ਕਰੀ, ਡਿਪਲੋਮਾ ਕਰਿਆ, ਹਾਂਜੀ ਇੰਜੀਨੀਅਰਿੰਗ ਦੇ ਜਿਹੜੇ ਓਵਰਸੀਅਰ ਜਿਹਨੂੰ ਕਹਿੰਦੇ ਸੀ ਉਦੋਂ, ਅਤੇ ਮਾਸਟਰ ਲੱਗੇ ਹੋਏ ਨੇ, ਅਤੇ ਬੱਚਤ ਸਕੀਮਾਂ ਦੇ ਮੋਹਨ ਸ਼ਰਮਾ ਬੜੇ ਪੰਜਾਬੀ ਦੇ ਲੇਖਕ ਨੇ, ਅਤੇ ਸੰਗਰੂਰ ਦੇ ਵਿੱਚ ਬੜਾ ਵਧੀਆ ਜਿਹੜਾ ਹੈ ਨਸ਼ਾ ਛੁਡਾਓ ਕੇਂਦਰ ਚਲਾ ਰਹੇ ਨੇ। ਇਹੋ ਜਿਹੀ ਗੱਲ ਨਹੀਂ ਹੈ, ਇਹਨਾਂ ਦਾ ਕੋਈ ਹੋਏਗਾ ਮਤਲਬ ਸੀਮਤ ਤਜਰਬਾ। ਮੈਂ ਜੇ ਵਿੱਚ ਸਵਾਲ ਇਹ ਦਸ਼ਮੀ ਕਮੇਟੀ, ਹਾਂ ਇੱਕ ਜਿਹੜੀ ਵਿਗਿਆਨ ਦੀ ਗੱਲ ਪੂਰਾ ਕਰ ਰਹੇ ਹੋ, ਮੈਂ ਵਿਗਿਆਨ 'ਤੇ ਆ ਰਿਹਾ, ਮੈਂ ਉਸੇ 'ਚ ਆ ਰਿਹਾ, ਮੈਂ ਉਸੇ 'ਚ ਆ ਰਿਹਾ, ਮੈਂ ਤਾਂ ਵਿਗਿਆਨ ਦਾ ਵਿਦਿਆਰਥੀ ਹੀ ਰਿਹਾ, ਮੈਂ ਤਾਂ ਹੀ ਤੁਹਾਨੂੰ ਸਵਾਲ ਕਰ, ਔਰ ਮੈਂ ਸਭ ਤੋਂ ਉੱਚ ਵਿੱਦਿਆ ਵਿਗਿਆਨ 'ਚ ਪ੍ਰਾਪਤ ਕਰੀ ਆ। ਮੈਂ ਮਰੀਜ਼ ਦਾ ਇਲਾਜ ਤਾਂ ਉਹਦੀ ਕਹਾਣੀ ਤਾਂ ਮੈਂ ਪੰਜਾਬੀ 'ਚ ਦੱਸ ਦਿੰਦਾ, ਮੈਨੂੰ ਕੋਈ ਬੀਬੀ ਨੇ ਆ ਕੇ ਅੰਗਰੇਜ਼ੀ 'ਚ ਥੋੜ੍ਹਾ ਬੋਲਣਾ, ਅਤੇ ਮੈਂ ਉਹਨੂੰ ਸਮਝਾਉਣਾ ਵੀ ਪੰਜਾਬੀ 'ਚ ਹੀ ਹੈ। ਸੋ ਇਸ ਕਰਕੇ ਇਹ ਕਹਿਣਾ ਵੀ ਵਿਗਿਆਨ ਪੰਜਾਬੀ 'ਚ ਨਹੀਂ ਹੋ ਸਕਦੀ, ਅਤੇ ਜੇ ਵਿਗਿਆਨ ਪੰਜਾਬੀ 'ਚ ਨਹੀਂ ਹੋ ਸਕਦੀ ਤਾਂ ਮੈਂ ਪੰਜਾਬੀ ਵਾਲੇ ਦਾ ਇਲਾਜ ਹੀ ਨਹੀਂ ਕਰ ਸਕਦਾ, ਕਿਉਂਕਿ ਫਿਰ ਤਾਂ ਮੈਨੂੰ ਉਹਦੀ ਗੱਲ ਸਮਝਣ 'ਚ ਹੀ ਦਿੱਕਤ ਆਏਗੀ। ਉਹਨੇ ਤਾਂ ਅੰਗਰੇਜ਼ੀ 'ਚ ਨਹੀਂ ਨਾ ਬੋਲਣਾ ਅਨਪੜ੍ਹ ਔਰਤ ਨੇ, ਅਤੇ ਨਾ ਮੈਨੂੰ ਉਹਨੂੰ ਇਲਾਜ ਸਮਝਾਉਣਾ ਆਏਗਾ, ਕਿਉਂਕਿ ਵਿਗਿਆਨ ਤਾਂ ਪੰਜਾਬੀ 'ਚ ਹੋ ਨਹੀਂ ਸਕਦੀ। ਇਲਾਜ ਤਾਂ ਵਿਗਿਆਨ ਹੈ, ਆਪਰੇਸ਼ਨ ਹੈ, ਹੋਰ ਹੈ, ਸਭ ਕੁਝ ਹੈ। ਸਵਾਲ ਇਹ ਹੈ ਜਿਹੜੇ ਅਸੀਂ ਮਾਹਰ ਹਾਂ ਨਾ, ਅਸੀਂ ਆਪਣੀ ਇੱਕ ਤੂਤੀ ਵਜਾਉਣੀ ਸ਼ੁਰੂ ਕਰ ਦਿੰਦੇ ਹਾਂ ਵੀ ਸਾਨੂੰ ਹੀ ਪਤਾ, ਬਾਕੀ ਦੁਨੀਆ ਸਭ ਬੇਵਕੂਫ ਹੈ। ਪੰਜਾਬੀ ਦੇ ਵਿੱਚ ਕੋਈ ਐਸੀ ਗੱਲ ਨਹੀਂ ਹੈ। ਮੈਂ ਛੋਟੀ ਛੋਟੀ ਉਦਾਹਰਨ ਦਿਓ, ਮੈਂ ਕਿਤਾਬ ਦਾ ਉਲੱਥਾ ਕਰ ਰਿਹਾ ਸੀ ਅਤੇ ਡਾਟਾਂ ਲੱਗੀਆਂ ਹੁੰਦੀਆਂ ਨੇ,
ਆ ਪੁਲਾਂ 'ਤੇ ਵੀ ਡਾਟਾਂ ਨੇ, ਆਰਕ ਸਟਰਕਚਰ ਕਹਿੰਦੇ ਨੇ ਬਿਲਕੁਲ ਠੀਕ ਹੈ, ਉਹਦੇ 'ਤੇ ਟੱਕਰ ਦੀ ਕਿੱਟ ਹੁੰਦੀ ਹੈ, ਪਤਾ ਨਹੀਂ ਕਿੰਨੇ ਅੱਜ ਦਿਨ ਨੂੰ ਪਤਾ ਹੀ ਨਹੀਂ ਸੀ, ਉਹਨੂੰ ਕੋਰਨਰ ਸਟੋਨ ਕਹਿੰਦੇ ਨੇ ਅੰਗਰੇਜ਼ੀ 'ਚ, ਅਸੀਂ ਉਹਨੂੰ ਟੱਕਰ ਜਿੱਟ ਕਹਿੰਦੇ, ਦੂਜੇ ਪਾਸੇ ਟੱਕਰ ਆ ਕੇ ਵਿੱਚ ਫਸ ਜਾਂਦੀ ਆ, ਕੋਈ ਸਰੀਏ ਨਹੀਂ, ਕੋਈ ਕੁਛ ਨਹੀਂ, ਉਹਨੂੰ ਐਂ ਸਪੋਰਟ ਕਰਦੀ ਆ ਕਿਉਂਕਿ ਟ੍ਰੈਂਗੂਲਰ ਤੇ ਕੋਈ ਨਹੀਂ ਹੁੰਦਾ ਹੈ, ਪਰ ਖੰਗੜ ਡੇਟਾਂ ਦਾ ਵੀ ਜ਼ਿਕਰ ਹੁੰਦਾ, ਮੈਂ ਆਉਣਾ, ਮੈਂ ਆਉਣਾ, ਉਹ ਖੰਗੜ ਵੀ ਹੁੰਦੀਆਂ ਨੇ, ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਅਸੀਂ ਜਿਹੜੇ ਅੰਗਰੇਜ਼ੀ ਪੜ੍ਹ ਜਾਂਦੇ ਹਾਂ ਨਾ, ਅਸੀਂ ਇਹ ਕੋਸ਼ਿਸ਼ ਨਹੀਂ ਕਰਦੇ ਵੀ ਅਸੀਂ ਦੇਖੀਏ ਤਾਂ ਪੰਜਾਬੀ 'ਚ, ਦੂਜੀ ਗੱਲ ਬਦਲ ਦੀ ਗੱਲ ਜਿਹੜੀ ਇਹਨਾਂ ਨੇ ਕਹੀ ਹੈ, ਇਹ ਬਲਕਿ ਉਦੋਂ ਵੀ ਕਹਿਰ ਕਾਫਰੀ ਹੈ, ਉਹ ਕੀ ਹੈ, ਜਦ ਤੁਸੀਂ ਹਰੇਕ ਸ਼ਬਦ ਦਾ ਪੰਜਾਬੀਕਰਨ ਕਰੋਗੇ, ਇੱਥੇ ਇੱਕ ਬੜੇ ਮਹਾਰਥੀ ਨੇ ਕਹਿੰਦੇ ਹਾਈਡਰੋਜਨ ਨੂੰ ਪਣ ਗੈਸ ਕਹਿ ਦਿਉ, ਜੇ ਹਾਈਡਰੋਜਨ ਨੂੰ ਪਣ ਗੈਸ ਪੜਾਉਂਗੇ ਫਿਰ ਇਹਨਾਂ ਵਾਲੀ ਗੱਲ ਹੀ ਹੋਊਗੀ ਵੀ ਅਗਲੇ ਨੂੰ ਗੱਲ ਕੋਈ ਨਹੀਂ ਸਮਝ ਆਉਣੀ, ਸਮਝ ਕੀ ਹੈ, ਜਿਹੜੇ ਤਾਂ ਨਾਮ ਨੇ, ਜਿਵੇਂ ਮੇਰਾ ਨਾਮ ਪਿਆਰਾ ਲਾਲ ਗਰਗ ਹੈ, ਮੈਂ ਉੱਥੇ ਲਿਖਿਆ ਵੀ, ਮੈਂ ਕਹਿ ਕੇ ਵੀ ਆਇਆ ਪੰਜਾਬੀ ਸਾਹਿਤ ਸਭਾ ਦੇ ਵਿੱਚ ਵੀ, ਮੈਂ ਕਿਹਾ ਇਹ ਤਾਂ ਫਿਰ ਮੈਨੂੰ ਲਿਖਣਾ ਪਊਗਾ ਡੀਅਰ ਰੈੱਡ ਜੇ ਤੁਹਾਡੇ ਵਾਲਾ ਮਸਲਾ ਬਣਾਉਣਾ ਹੋਵੇ, ਸੋ ਜਿਹੜੇ ਉੱਥੇ ਨਾਮਕਰਨ ਹੈ ਵਿਗਿਆਨ ਦੇ ਵਿੱਚ, ਉਹ ਨਾਮਕਰਨ ਅੰਤਰਰਾਸ਼ਟਰੀ ਹੈ, ਉਹ ਨਾਮਕਰਨ ਸਾਨੂੰ ਕਿਤੇ ਨਹੀਂ ਰੋਕਦਾ ਵੀ ਇਸਨੂੰ ਗੁਰਮੁਖੀ 'ਚ ਨਾ ਲਿਖੀਏ, ਹਾਈਡਰੋਜਨ ਨੂੰ ਗੁਰਮੁਖੀ 'ਚ ਲਿਖ ਦਿਉ, ਆਕਸੀਜਨ ਨੂੰ ਗੁਰਮੁਖੀ 'ਚ ਲਿਖ ਦਿਉ, ਜੇ ਤਾਂ ਅਸੀਂ ਮਿੱਠੇ ਸੋਡੇ ਨੂੰ ਮਿੱਠਾ ਸੋਡਾ ਕਹਿ ਕੇ ਹੀ ਪੜਾਉਣਾ ਹੈ, ਫਿਰ ਤਾਂ ਅਸੀਂ ਮਾਰ ਖਾਵਾਂਗੇ, ਜੇ ਅਸੀਂ ਉਹਨੂੰ ਸੋਡੀਅਮ ਬਾਈਕਾਰਬੋਨੇਟ ਕਹਾਂਗੇ ਉਹਨੂੰ ਗੁਰਮੁਖੀ ਲਿਪੀ 'ਚ ਲਿਖਾਂਗੇ, ਉਹਨੂੰ ਛੇਤੀ ਸਮਝ ਆਏਗੀ, ਐਸੀ ਕੋਈ ਗੱਲ ਨਹੀਂ। ਦੂਜੀ ਗੱਲ, ਸਾਰੀ ਦੁਨੀਆ ਦਾ ਇਹ ਤਜਰਬਾ ਹੈ ਕਿ 8ਵੀਂ ਤੱਕ ਜੇ ਬੱਚਾ ਹਿਸਾਬ 'ਚ, ਗਣਿਤ 'ਚ, ਯਾਨੀ ਕਿ ਔਰ ਇੱਕ ਭਾਸ਼ਾ 'ਚ, ਉਹ ਮਾਤ ਭਾਸ਼ਾ ਹੀ ਹੈ, ਉਹਦੇ 'ਚ ਜੇ ਸਿੱਖਿਅਤ ਹੋ ਜਾਏ ਤਾਂ ਉਹਨੂੰ ਦੁਨੀਆ ਦਾ ਕੋਈ ਵਿਸ਼ਾ ਐਸਾ ਨਹੀਂ ਜਿਹੜਾ ਨਾ ਆਵੇ। ਅਤੇ ਅੱਜ ਸਾਡੇ ਸਮੱਸਿਆ ਕੀ ਹੈ, ਸਾਡਾ 8ਵੀਂ ਦੇ 52% ਬੱਚਿਆਂ ਨੂੰ 932 ਨੂੰ 7 'ਤੇ ਭਾਗ ਕਰਕੇ ਬਾਕੀ ਨਹੀਂ ਕੱਢਣੀ ਆਉਂਦੀ, ਸਾਡੇ 8ਵੀਂ ਦੇ 16% ਬੱਚਿਆਂ ਨੂੰ ਦੂਜੀ ਦੀ ਪੰਜਾਬੀ ਦੀ ਕਿਤਾਬ ਨਹੀਂ ਪੜ੍ਹਨੀ ਆਉਂਦੀ। ਹੁਣ ਉਹਦੇ ਜ਼ਿੰਮੇਵਾਰੀ ਕੀ ਹੈ, ਇੱਕ ਤੀਜੀ ਗੱਲ ਮੈਂ ਕਹਿ ਕੇ ਆਪਦੀ ਗੱਲ ਖਤਮ ਕਰਾਂਗਾ, ਅਸੀਂ ਉਰਥਾ ਕਿਹੋ ਜਿਹਾ ਕਰਦੇ ਹਾਂ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਇਤਿਹਾਸ ਦੇ ਉੱਤੇ ਧਾਰਨੀ ਸਾਹਿਬ ਇੱਕ ਦਿਨ ਮੇਰੇ ਨਾਲ ਸੀਗੇ, ਇੱਕ ਕਿਤਾਬ ਦੇ ਉੱਤੇ ਬੜਾ ਜ਼ਿਆਦਾ ਵਾਦ ਵਿਵਾਦ ਸੀ, ਉਹ ਜਿਹੜੇ ਮਾਹਰ ਸੀਗੇ ਵੱਡੇ ਵੱਡੇ ਮਹਾਰਥੀ ਇਤਿਹਾਸ ਦੇ, ਉਹਨਾਂ ਨੇ ਉਹ ਅੰਗਰੇਜ਼ੀ 'ਚ ਲਿਖੀ ਹੋਈ ਸੀ, ਜਿਹੜੇ PhD ਕਰੇ ਹੋਏ ਨੇ ਪੰਜਾਬੀ ਦੀ PhD, ਮੋਟੀਆਂ ਤਨਖਾਹ ਲੈਣ ਵਾਲਿਆਂ ਨੇ, ਉੱਥੇ ਲਿਖਿਆ ਸੀ ਨੇਚਰ ਆਫ ਦੀ ਸਟੇਟ, ਕਹਿੰਦੇ ਰਾਜ ਦੀ ਕੁਦਰਤ, ਉੱਥੇ ਲਿਖਿਆ ਸੀ ਰਾਜਪੂਤਾਂ ਨੂੰ ਤਖ਼ਤ ਤੋਂ ਖਦੇੜ ਦਿੱਤਾ ਗਿਆ ਸੀ, ਉਹਦਾ ਮਤਲਬ ਦੇਵਰ ਡੀ ਥਰੋਂਡ, ਉਹ ਕਹਿੰਦੇ ਉਹਨਾਂ ਨੂੰ ਤਖ਼ਤ ਤੋਂ ਵਾਂਝਿਆ ਕਰ ਦਿੱਤਾ, ਵਾਂਝਿਆ ਕਰਨਾ ਹੋਰ ਹੈ, ਕਿਉਂਕਿ ਉਹਨਾਂ ਨੂੰ ਅੱਛਾ, ਫਿਰ ਇੱਕ ਜਗ੍ਹਾ 'ਤੇ ਲਿਖਿਆ ਸੀ ਵੀ ਜਿਹੜੇ ਪੰਡਿਤ ਸੀਗੇ ਪਹਿਲਾਂ ਉੱਚ ਵੱਡੇ ਰਾਜਪੂਤ, ਕਿਉਂਕਿ ਉਹ ਰਾਜ ਕਰਦੇ ਸੀ ਉਹਨਾਂ ਦੀ ਉਹ ਕਰਦੇ ਸੀ, ਅਤੇ ਫਿਰ ਉਹ ਪੂਜਾ ਪਾਠ ਜਿਹੜੀ ਉਹਨਾਂ ਦੀ ਸੇਵਾ ਹੈ ਉਹ ਨੀਚਲੇ ਵਾਲਿਆਂ ਕੋਲ, ਘੱਟ ਆਮਦਨ ਵਾਲਿਆਂ ਕੋਲ ਅਤੇ ਛੋਟੀਆਂ ਜਾਤਾਂ 'ਚ ਕਰਨ ਲੱਗੇ, ਕਹਿੰਦੇ ਇਹ ਉਹ ਉਹਨਾਂ ਦੇ ਨੌਕਰ ਬਣ ਗਏ, ਸੇਵਾ ਨੂੰ ਨੌਕਰ, ਸਰ ਮਤਲਬ ਜਦ ਸਾਡੇ PhD ਕਰੇ ਹੋਇਆਂ ਦਾ ਸਕੂਲ ਸਿੱਖਿਆ ਬੋਰਡ ਦਾ ਇਹ ਹਾਲ ਹੈ ਅਤੇ ਫਿਰ ਅਸੀਂ ਕਹਿੰਦੇ ਅਸੀਂ ਮਾਰ ਹਾਂ, ਸਾਨੂੰ ਸਭ ਕੁਝ ਪਤਾ। ਮੈਂ ਭਾਸ਼ਾ ਭਾਗ ਦਾ ਵੀ ਜ਼ਿਕਰ ਕਰਨਾ, ਇੱਕ ਛੋਟਾ ਜਿਹਾ ਵਕਫਾ ਹੋਰ ਲਵਾਂਗੇ, ਵਕਫੇ ਤੋਂ ਬਾਅਦ ਵਾਪਸ ਆਵਾਂਗੇ ਪੰਜਾਬ ਵਿੱਚ ਪੰਜਾਬੀ ਕਿੱਥੇ। ਇਸ ਦੇ ਨਾਲ ਸਵਾਲ ਇਹ ਖੜਾ ਹੋਇਆ, ਬਰਨਾਲਾ ਦੇ ਵਿੱਚ ਜਿਹੜਾ ਇਕੱਠ ਹੋਇਆ ਸਾਹਿਤਕਾਰਾਂ ਬੁੱਧੀਜੀਵੀਆਂ ਨੇ ਜਿਹੜੀ ਚਰਚਾ ਕੀਤੀ, ਉਹ ਕਹਿੰਦੇ ਕਿ ਸੂਬੇ ਦੇ ਪਿੰਡਾਂ ਵਿੱਚ ਲਾਇਬ੍ਰੇਰੀ ਖੁੱਲ੍ਹਣੀ ਚਾਹੀਦੀ ਹੈ, 20 ਸੂਬਿਆਂ ਦੇ ਵਿੱਚ ਲਾਇਬ੍ਰੇਰੀ ਦਾ ਕਾਨੂੰਨ ਬਣਿਆ ਹੋਇਆ, ਪਰ ਸਾਡੇ ਸੂਬੇ ਵਿੱਚ 2011 ਵਿੱਚ ਬਿੱਲ ਬਣ ਗਿਆ ਸੀ, ਕਾਨੂੰਨ ਦਾ ਰੂਪ ਕਿਉਂ ਨਹੀਂ ਲੈ ਸਕਿਆ, ਸਰਕਾਰਾਂ ਕਿਉਂ ਨਹੀਂ ਕਰਨਾ ਚਾਹੁੰਦੀਆਂ, ਉਹਨਾਂ ਦਾ ਸਵਾਲ ਵੀ ਹੋਵੇਗਾ। ਵਕਫੇ ਤੋਂ ਬਾਅਦ ਵਾਪਸ ਆ ਕੇ ਇਹ ਸਵਾਲ ਕਰਾਂਗੇ ਜ਼ਰੂਰ। ਵੱਡਾ ਸਵਾਲ ਇਹ ਪੁੱਛ ਰਹੇ ਹਾਂ ਅਸੀਂ, ਮਾਂ ਬੋਲੀ ਪੰਜਾਬੀ ਲਈ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਕੀ ਕੀਤਾ, ਪੰਜਾਬ ਦੀਆਂ ਸਿਆਸੀ ਧਿਰਾਂ ਨੇ ਕੀ ਕੀਤਾ ਜਦੋਂ ਇਹ ਸਵਾਲ ਖੜਾ ਹੁੰਦਾ, ਅਤੇ ਹੁਣ ਜਿਹੜਾ ਸਵਾਲ ਨਵਾਂ ਖੜਾ ਹੋਣਾ ਸ਼ੁਰੂ ਹੋਇਆ, ਪੰਜਾਬ ਸਟੇਟ ਲਾਇਬ੍ਰੇਰੀ ਐਕਟ ਲਾਗੂ ਕਿਉਂ ਨਹੀਂ ਹੋ ਰਿਹਾ, ਇਸ 'ਤੇ ਸਾਹਿਤਕਾਰ ਬੁੱਧੀਜੀਵ ਕਿਹੋ ਜਿਹਾ ਚਿੰਤਨ ਪ੍ਰਗਟਾ ਰਹੇ, ਪਹਿਲਾਂ ਸੁਣ ਲਈਏ। ਇਹ ਤਾਂ ਇੱਕ ਪ੍ਰਤੀਬੱਧਤਾ ਹੈ, ਔਰ ਇਹ ਪ੍ਰਤੀਬੱਧਤਾ ਲਈ ਪੁਰਸ਼ਾਰਥ ਕਰ ਰਹੇ ਨੇ, ਸੋ ਪ੍ਰਤੀਬੱਧਤਾ ਲਈ ਤਾਂ ਸਰਕਾਰਾਂ ਨੂੰ ਹੀ ਸੁਚੇਤ ਹੋਣਾ ਚਾਹੀਦਾ, ਔਰ ਸਮਾਜ ਜਿਹੜਾ ਹੈ ਉਹਨੂੰ ਸੰਘਰਸ਼ਸ਼ੀਲ ਹੋਣਾ ਚਾਹੀਦਾ, ਸਰਕਾਰ ਨੂੰ ਸੁਚੇਤ ਹੋਣਾ ਚਾਹੀਦਾ, ਸਮਾਜ ਨੂੰ ਸੰਘਰਸ਼ਸ਼ੀਲ ਹੋਣਾ। ਆਪਾਂ ਆਪਣੀ ਗੱਲ ਇੱਥੇ ਹੀ ਖਤਮ ਕਰ ਲਈ, ਕੋਈ ਗਵਰਨਮੈਂਟ ਜਿਹੜੀ ਹੈ ਮਤਲਬ ਇਹਨਾਂ 'ਤੇ ਮਿਹਰਬਾਨੀ ਨਹੀਂ ਕਰ ਰਹੀ ਹੈ, ਪੀਪਲ ਆਫ ਪੰਜਾਬ ਆਰ ਗਿਵਿੰਗ ਟੈਕਸ ਟੂ ਦੈਮ, ਔਰ ਉਸ ਟੈਕਸ ਦੇ ਵਿੱਚੋਂ ਮਤਲਬ ਉਹ ਆਪਣਾ ਰਾਈਟ ਮੰਗ ਰਹੇ ਹੈ, ਜਿਵੇਂ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਸਾਡੇ ਕੋਲ, ਉਸੇ ਤਰ੍ਹਾਂ ਪੰਜਾਬ ਪਬਲਿਕ ਲਾਇਬ੍ਰੇਰੀ ਐਂਡ ਇਨਫੋਰਮੇਸ਼ਨ ਸਰਵਿਸਿਜ਼ ਬਿੱਲ ਜਿਹੜਾ 2011 ਦੇ ਵਿੱਚ ਇੱਕ ਕਮੇਟੀ ਨੇ, ਉਹ ਕਮੇਟੀ ਪੰਜਾਬ ਨੇ ਹੀ ਜਿਹੜੀ ਕੰਸਟੀਚਿਊਟ ਕੀਤੀ ਸੀ ਉਹਨੇ ਬਣਾ ਕੇ ਦਿੱਤਾ ਸੀ, ਔਰ ਉਸ ਵੇਲੇ ਦੇ ਚੀਫ ਮਿਨਿਸਟਰ ਬਾਦਲ ਸਾਹਿਬ ਨੇ ਇਨ ਪ੍ਰਿੰਸੀਪਲ ਮੰਨ ਵੀ ਲਿਆ ਸੀ ਕਿ ਅਸੀਂ ਵਿਧਾਨ ਸਭਾ 'ਚ ਇੰਟਰੋਡਿਊਸ ਕਰਾਂਗੇ, ਉਹ ਅੱਜ ਤੱਕ ਇੰਟਰੋਡਿਊਸ ਨਹੀਂ ਹੋਇਆ, ਉਹਦੇ ਬਾਰੇ ਇਹ ਪ੍ਰੈਸ਼ਰ ਬਿਲਡ ਕਰਨ ਦੇ ਲਈ ਅੱਜ ਅਸੀਂ ਮੀਟਿੰਗ ਰੱਖੀ ਹੈ। ਪਬਲਿਕ ਲਾਇਬ੍ਰੇਰੀ ਦਾ ਕੋਨਸੈਪਟ ਜਿਹੜਾ ਉਹ ਬਿਲਕੁਲ ਚੇਂਜ ਹੋ ਚੁੱਕਾ ਹੈ, ਪਬਲਿਕ ਲਾਇਬ੍ਰੇਰੀ ਹੁਣ ਸਿਰਫ ਕਿਤਾਬਾਂ ਦੇਣ ਤੱਕ ਨਹੀਂ,
ਅਸੀਂ ਜਿਹੜੀ ਮਤਲਬ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਵੀ ਡਿਜੀਟਲ ਇੰਡੀਆ ਦੀਆਂ ਗੱਲਾਂ ਕਰਦੇ ਹਾਂ ਜਾਂ ਜੋ ਵੀ ਆਪਾਂ ਇਨਫੋਰਮੇਸ਼ਨ ਸੁਸਾਇਟੀ ਦੀ ਗੱਲ ਕਰਦੇ ਹਾਂ, ਉਹ ਸਾਰੀ ਤਾਂ ਹੀ ਹੋ ਸਕਦੀ ਹੈ ਅਗਰ ਲੋਕ ਇਨਫੋਰਮ ਹੋਣਗੇ, ਕਿ ਅਗਰ ਲੋਕਾਂ ਕੋਲ ਨੌਲੇਜ ਹੋਏਗੀ, ਉਹਨਾਂ ਨੂੰ ਨੌਲੇਜ ਬੇਸ ਪਾਵਰ ਦੇਣ ਲਈ, ਜਦੋਂ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਤੋਂ ਅਵੇਅਰ ਅਤੇ ਜਾਗਰੂਕ ਕਰਨ ਲਈ ਸਾਨੂੰ ਸਟਰੋਂਗ ਪਬਲਿਕ ਲਾਇਬ੍ਰੇਰੀ ਸਿਸਟਮ ਹੋਣਾ ਚਾਹੀਦਾ। ਉਹ ਅਗਰ ਸਾਡੇ ਮਤਲਬ ਪਿੰਡ ਪਿੰਡ ਲਾਇਬ੍ਰੇਰੀ ਹੋਏਗੀ ਸਾਰੇ ਜਗ੍ਹਾ, ਲੋਕ ਆਪਣਾ ਆ ਕੇ ਇੱਥੋਂ ਗਿਆਨ ਪ੍ਰਾਪਤ ਕਰਨਗੇ ਪੀਸਫੁੱਲ ਤਰੀਕੇ ਨਾਲ, ਇੱਕ ਰੈਪ੍ਰੈਜੈਂਟੇਸ਼ਨ ਲੈ ਕੇ ਆਪਦੇ ਆਪਦੇ ਪੋਲੀਟੀਕਲ ਨੁਮਾਇੰਦੇ ਨੂੰ ਮਿਲਾਂਗੇ। ਕਮੇਟੀ ਐਜ ਏ ਸੈਂਟਰਲ ਤੌਰ 'ਤੇ ਚੀਫ ਮਿਨਿਸਟਰ ਸਾਹਿਬ ਨੂੰ ਮਿਲੂਗੀ, ਉਹਨਾਂ ਦੇ ਸਟਾਫ, ਹਾਇਰ ਐਜੂਕੇਸ਼ਨ ਮਿਨਿਸਟਰ ਜਾਂ ਉਹਨਾਂ ਦੇ ਚੀਫ ਸੈਕਟਰੀ ਆਪਣੇ ਕਰਨ ਅਵਤਾਰ ਜੀ ਔਰ ਸਪੀਕਰ ਸਾਹਿਬ, ਉਹਨਾਂ ਨੂੰ ਮਿਲਾਂਗੇ। ਉਦੋਂ ਬਾਅਦ ਕੁਛ ਦੇਰ ਵੇਟ ਕਰਨ ਤੋਂ ਬਾਅਦ ਅਸੀਂ ਆਪਦਾ ਪੀਸਫੁੱਲ ਐਜੂਕੇਸ਼ਨ ਸ਼ੁਰੂ ਕਰਾਂਗੇ, ਜਿੰਨੀ ਦੇਰ ਇਹ ਸਰਕਾਰ ਇਹ ਸਾਡਾ ਮੰਗਵਾਂ ਹੱਕ ਸਾਨੂੰ ਨਹੀਂ ਦਿੰਦੀ। ਜਿਹੜੇ ਬਿਆਨ ਤੁਸੀਂ ਸੁਣਿਆ ਉਹਨਾਂ ਵਿੱਚ ਇੱਕ ਮਹਿਮਾਨ ਸਾਡੇ ਨਾਲ ਵੀ ਬੈਠੇ ਅਗਰਕ ਸਾਹਿਬ, ਮੈਂ ਅਗਰਕ ਸਾਹਿਬ ਤੁਹਾਡੇ ਕੋਲ ਵਾਪਸ ਆਊਂਗਾ। ਤਾਰੇ ਸਾਹਿਬ, ਤੁਸੀਂ ਸਿਰ ਬਿੱਲ ਬਣਾਉਣਾ ਸੀਗਾ, ਉਸ ਤੋਂ ਅੱਗੇ ਕੁਛ ਨਹੀਂ ਕਰਨਾ, 6 ਸਾਲ ਤੁਸੀਂ ਸਾਂਭੀ ਰੱਖਿਆ, 3 ਸਾਲ ਇਹਨਾਂ ਨੇ ਸਾਂਭ ਲਿਆ। ਬਿਲਕੁਲ, ਦੇਖੋ ਮੈਂ ਤਾਂ ਇਸ ਗੱਲ ਦੀ ਮੰਨਦਾ ਹੈਗਾ ਕਿ ਕੁਤਾਹੀ ਹੋਈ ਹੈ, ਪਰ ਅਸੀਂ ਘੱਟੋ ਘੱਟ ਬਿੱਲ ਬਣਾਇਆ। ਇਹ ਠੀਕ ਹੈ ਕਿ ਲਾਗੂ ਹੋਣ ਦੇ ਵਿੱਚ ਕੁਛ ਮੁਸ਼ਕਲਾਂ ਹੁੰਦੀਆਂ, ਕੁਛ ਮੁਸ਼ਕਲਾਂ ਹੋਣ ਕਰਕੇ ਨਹੀਂ ਹੋ ਸਕਿਆ, ਲਾਗੂ ਹੋ ਸਕਿਆ। ਕੀ ਤੁਹਾਨੂੰ ਲੱਗਦਾ ਕਿ ਜਿਹੜੇ ਇਸ ਦੌਰ ਵਿੱਚ ਅਸੀਂ ਖੜੇ ਹਾਂ, ਜਿਹਨੂੰ ਡਿਜੀਟਲ ਇੰਡੀਆ ਦਾ ਦੌਰ ਕਿਹਾ ਜਾਂਦਾ, ਉਸ ਵਿੱਚ ਲਾਇਬ੍ਰੇਰੀ ਜ਼ਰੂਰਤ ਹੈ ਨਹੀਂ? ਨਹੀਂ, ਬਿਲਕੁਲ ਹੈਗੀ ਹੈ। ਦੇਖੋ ਮੈਂ ਫਿਰ ਮੈਂ ਪਹਿਲਾਂ ਵਾਲੀ ਉਹ ਗੱਲ ਦੁਹਰਾਉਂਦਾ, ਮੈਂ ਪੰਜਾਬੀ ਦਾ ਸਟੂਡੈਂਟ ਹੋਣ ਕਰਕੇ ਮੈਂ ਕਹਿੰਦਾ ਵੀ ਬਿਲਕੁਲ ਫਾਰਮਲ ਜਿਹੜੀ ਲਾਇਬ੍ਰੇਰੀ ਵਾਲੀ ਸਿੱਖਿਆ ਹੈਗੀ ਹੈ ਜ਼ਰੂਰ ਹੋਣੀ ਚਾਹੀਦੀ ਹੈ। ਲਾਇਬ੍ਰੇਰੀ ਬਿਨਾਂ, ਬੁੱਕਸ ਪੜ੍ਹਨ ਬਿਨਾਂ ਮੈਨੂੰ ਨਹੀਂ ਲੱਗਦਾ ਹੈਗਾ ਕਿ ਪੰਜਾਬੀ ਨੂੰ ਜਾਂ ਆਪਣੇ ਸਾਹਿਤ ਨੂੰ ਅੱਗੇ ਵਧਾਇਆ। ਮੰਗਰ ਸਾਹਿਬ, ਤੁਸੀਂ ਆਪਣੀ ਪਾਰਟੀ ਨੂੰ, ਆਪਣੀ ਸਰਕਾਰ ਨੂੰ ਜਾ ਕੇ ਕਹੋਗੇ ਕਿ ਲਾਇਬ੍ਰੇਰੀ ਕਾਨੂੰਨ ਆ ਜਿਹੜਾ ਉਹਨੂੰ ਲਾਗੂ ਕੀਤਾ ਜਾਵੇ? ਬਿਲਕੁਲ ਜੀ, ਕੇ ਪੀ ਜੀ, ਜੇ ਇੱਕ ਗਵਰਨਮੈਂਟ ਆਫ ਇੰਡੀਆ ਦਾ ਇਹ ਐਕਟ ਹੈਗਾ ਆ ਕਿ ਸਟੇਟ ਆਪਦਾ ਇਹ ਕਰ ਸਕਦੀ ਹੈ, ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਇੱਕ ਬੋਰਡਿੰਗ ਸਕੂਲ 'ਚ ਪੜ੍ਹਿਆ ਹਿਮਾਚਲ ਦੇ ਵਿੱਚ, ਅਤੇ ਮੈਂ ਪੰਜਾਬੀ 10ਵੀਂ ਦੀ ਤੱਕ ਮੈਂ ਪੰਜਾਬੀ ਨਹੀਂ ਮੇਰੇ ਉਹ ਕਰਿਕੁਲਮ 'ਚ ਸੀਗੀ। ਉਦੋਂ ਬਾਅਦ ਮੈਂ ਜਦੋਂ ਆਇਆ 11ਵੀਂ 12ਵੀਂ ਦੇ ਵਿੱਚ, ਅਤੇ ਮੈਨੂੰ ਹਿਸਟਰੀ ਕਲਚਰ ਆਫ ਪੰਜਾਬ ਲੈ ਕੇ ਉਹ ਵੀ ਅੰਗਰੇਜ਼ੀ ਦੇ ਵਿੱਚ ਉਹ ਕਰਨਾ ਪਿਆ, ਬਟ ਕਿਉਂਕਿ ਮਾਂ ਪੰਜਾਬੀ ਮੇਰੀ ਮਾਂ ਬੋਲੀ ਸੀਗੀ, ਅਤੇ ਮੈਂ ਹੌਲੀ ਹੌਲੀ ਆਪਣੀ ਰੁਚੀ ਦਿਖਾ ਕੇ, ਠੀਕ ਹੈ, ਉਹਨੂੰ ਸਿੱਖ ਲਿਆ। ਪਰ ਇਹ ਮੈਂ ਤਾਂ ਦੱਸਣਾ ਚਾਹ ਰਿਹਾ ਹਾਂ ਕਿ ਨਹੀਂ, ਅੱਗੇ ਨਾਲ ਤੁਸੀਂ ਸੋਹਣੀ ਪੰਜਾਬੀ ਬੋਲਣ ਲੱਗ ਪਏ, ਉਹ ਚੰਗੀ ਗੱਲ ਹੈ, ਦੱਸਣਾ ਵੀ ਚਾਹੀਦਾ, ਕਿਉਂਕਿ ਜਿਹੜਾ ਕੋਈ ਵੀ ਸਮਾਜ ਜੇ ਆਪਦੀ ਮਾਂ ਬੋਲੀ ਭੁੱਲ ਜਾਏਗਾ ਤੇ ਉਹ ਮਤਲਬ ਸੋਸਾਇਟੀ ਜ਼ਿਆਦਾ ਦੇਰ ਐਗਜ਼ਿਸਟ ਨਹੀਂ ਕਰ ਸਕਦੀ। ਪੂਰੀ ਪੂਰੀ ਇਹ ਹੈਗੀ ਮਾਂ ਬੋਲੀ ਜੇ ਭੁੱਲ ਜਾਓਗੇ ਕੱਖਾਂ ਵਾਂਗੂ। ਹਾਂਜੀ ਹਾਂਜੀ ਬਿਲਕੁਲ। ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਕਿ ਇਹ ਪਹਿਲਾਂ ਵੀ ਮੈਂ ਇਹ ਗੱਲ ਆਖੀ ਹੈ ਵੀ ਸਾਡੀ ਸਰਕਾਰ ਇਹਦੇ ਉੱਤੇ ਪੱਕਾ ਨੋਟਿਸ ਲਏਗੀ ਜੀ, ਅਤੇ ਜੇ ਇਹ ਬਿੱਲ ਇਹਨਾਂ ਨੇ ਬਣਾਇਆ ਹੋਇਆ ਸੀਗਾ ਉਹਨੂੰ ਨਹੀਂ ਕਰ ਸਕੇ, ਉਹਦੇ ਵਿੱਚ ਹੋਰ ਕੀ ਨਵਾਂ ਐਡ ਕਰ ਸਕਦੇ ਹਾਂ ਜਾਂ ਕੀ ਕਾਰਨ? ਜ਼ਰੂਰਤ ਹੈ ਲਾਇਬ੍ਰੇਰੀ, ਜ਼ਰੂਰਤ ਹੈ ਵੈਸੇ। ਬਿਲਕੁਲ ਜੀ, ਮੈਂ ਔਨ ਰਿਕਾਰਡ ਤੁਹਾਨੂੰ ਇੱਕ ਹੋਰ ਚੀਜ਼ ਦੱਸਣਾ ਚਾਹੁੰਦਾ ਹੈ ਜੀ, ਮੇਰੇ ਪਰਿਵਾਰ ਨੇ ਜੀ, ਮੇਰੇ ਨਾਨਕਾ ਪਰਿਵਾਰ ਨੇ ਇੱਕ ਕਾਲਜ ਨੂੰ 2800 ਕਿਤਾਬਾਂ ਦਿੱਤੀਆਂ। ਉਹ ਲਾਇਬ੍ਰੇਰੀ ਦਾ ਨਾਂ ਅੱਜ ਵੀ ਡਾਕਟਰ ਐਮ ਐਸ ਰੰਧਾਵਾ ਲਾਇਬ੍ਰੇਰੀ ਹੈ, ਅਤੇ ਜਿਹੜਾ ਸਾਡਾ ਉਹਨਾਂ ਦਾ ਪਿੰਡ ਹੈਗਾ ਆ ਉੱਥੇ ਉਹਨਾਂ ਦੇ ਲਾਇਬ੍ਰੇਰੀ ਹੈਗੀ ਆ ਜਿਹਦੇ ਵਿੱਚ ਕਿਤਾਬਾਂ ਬਾਕਾਇਦਾ ਹੈਗੀ ਆ, ਅਤੇ ਕੁਛ ਯੰਗਸਟਰਸ ਉੱਥੇ ਪੜ੍ਹਦੇ ਵੀ ਹੈਗੇ ਆ, ਅਤੇ ਮੈਂ ਖੁਦ ਬਹੁਤ ਮੰਗ ਲੈ ਕੇ ਜ਼ਰੂਰ ਜਾਈਓ। ਹਾਂ, ਤੁਹਾਨੂੰ ਸਭ ਕੁਛ ਕਹਿਣਾ ਚਾਹੁੰਦੇ ਤੁਸੀਂ? ਮੈਂ ਇੱਕੋ ਗੱਲ ਕਰਦਾ ਹੈਗਾ, ਦੇਖੋ ਇਹ ਕਨਸਟੀਟਿਊਸ਼ਨ ਦੀ ਵੀ ਲੋੜ ਹੈਗੀ ਆ, ਬਿੱਲ 101 ਹੈ ਜਿਹੜਾ ਉਹ ਲਾਗੂ ਹੋਣਾ ਚਾਹੀਦਾ ਸੀ, ਉਹਦੇ ਆਰਟੀਕਲ 29 ਔਰ 30 ਆ ਜਿਹੜੇ ਉਹ ਜਿਹੜੇ ਹੈਗੇ ਆ ਕਲਚਰ ਐਂਡ ਐਜੂਕੇਸ਼ਨਲ ਰਾਈਟਸ ਨੂੰ ਜਿਹੜੇ ਹੈਗੇ ਆ ਦਰਸਾਉਂਦੇ ਹੈਗੇ ਆ। ਮੈਨੂੰ ਇਹ ਲੱਗਦਾ ਕਿ ਇਹ ਜ਼ਰੂਰ ਸਟੇਟਾਂ ਦੇ ਵਿੱਚ ਜਿਹੜਾ ਹੈਗਾ, ਮੈਂ ਇਕੱਲੀ ਪੰਜਾਬੀ ਦੀ ਗੱਲ ਨਹੀਂ ਕਰਦਾ, ਮੈਂ ਸਾਰੀਆਂ ਮਾਂ ਬੋਲੀਆਂ ਜਿਹੜੀਆਂ ਉਹਨਾਂ ਸਟੇਟਾਂ ਦੀਆਂ ਹੈਗੀਆਂ ਉਹਨਾਂ ਨੂੰ ਜ਼ਰੂਰ ਐਨਫੋਰਸ ਕਰਨਾ ਚਾਹੀਦਾ। 20 ਸੂਬਿਆਂ ਨੇ ਲਾਗੂ ਕੀਤਾ ਹੋਇਆ ਕਾਨੂੰਨ, 20 ਸੂਬਿਆਂ ਨੇ? ਨਹੀਂ ਬਿਲਕੁਲ, ਮੈਂ ਤਾਂ ਕਹਿੰਦਾ ਵੀ ਪੰਜਾਬ ਦੀ ਇਹ ਤਰਾਸਦੀ ਹੈਗੀ ਆ, ਮੈਂ ਤਾਂ ਕਹਿੰਦਾ ਅਸੀਂ ਵੀ ਵਿੱਚੇ ਉਹਦੇ ਗੁਨਾਹਗਾਰ ਹੈ। ਠੀਕ ਹੈ, ਅਮਲ ਗਰਗ ਸਾਹਿਬ ਜੀ, ਸਵਾਲ ਇਹ ਹੈਗਾ, ਜਿਹੜੀਆਂ ਲਾਇਬ੍ਰੇਰੀਆਂ ਪਹਿਲਾਂ ਚੱਲਦੀਆਂ ਪਈਆਂ, ਤੁਸੀਂ ਵੀ ਉੱਥੇ ਬਹੁਤ ਗਏ ਹੋਵੋਗੇ, ਅਤੇ ਥੋੜ੍ਹੀਆਂ ਲਾਇਬ੍ਰੇਰੀਆਂ 'ਚ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ, ਹਾਲਾਂਕਿ ਜ਼ਿਆਦਾ ਮੈਂ ਉਨਾ ਪੜ੍ਹਦਾ ਨਹੀਂ ਹੈਗਾ, ਮੈਂ ਬਹੁਤ ਸਾਫ ਗੋਈ ਨਾਲ ਇਹ ਗੱਲ ਕਹਿਣ ਵਿੱਚ ਮੈਨੂੰ ਕੋਈ ਹਿਚਕਚਾਹਟ ਨਹੀਂ ਹੈਗੀ। ਸਵਾਲ ਇਹ ਹੈਗਾ ਗਰਗ ਸਾਹਿਬ, ਜਿਹੜੀਆਂ ਲਾਇਬ੍ਰੇਰੀਆਂ ਹੈਗੀਆਂ ਉਹਨਾਂ ਨੂੰ ਉਸ ਤਰੀਕੇ ਨਾਲ ਨਹੀਂ ਚਲਾਇਆ ਜਾ ਰਿਹਾ ਜਿਹੜੇ ਲਾਇਬ੍ਰੇਰੀ ਦੇ ਅਸੀਂ ਡਿਪਲੋਮੇ ਵੀ ਕਰਦੇ ਹਾਂ, ਉਸ ਦੇ ਬਾਵਜੂਦ ਉਹੋ ਜਿਹਾ ਸਟਾਫ ਹੈ, ਉਹੋ ਜਿਹੇ ਮੁਲਾਜ਼ਮ ਉੱਥੇ ਨਹੀਂ ਭਰਤੀ ਕੀਤੇ ਜਾ ਰਹੇ, ਉੱਥੇ ਧੂੜ ਮਿੱਟੀ ਉਹਨਾਂ 'ਤੇ ਜੰਮੀ ਹੋਈ ਹੈ, ਤੁਸੀਂ ਵੀ ਗਏ ਹੋਵੋਗੇ। ਬਿਲਕੁਲ, ਅੱਜ ਹੀ ਸਟੇਟ ਐਜੂਕੇਸ਼ਨ ਹੈੱਡ ਲਾਇਬ੍ਰੇਰੀ ਪਟਿਆਲੇ 'ਚ ਮੈਂ ਵਿਜਿਟ ਕਰਕੇ ਆਇਆ, ਸਿਉਂਖ ਲੱਗੀ ਪਈ ਹੈ, ਦਸਤਾਂ ਦਾ ਤਾਂ ਧੰਨਵਾਦ, ਜਿੰਨਾ ਮਰਜ਼ੀ ਆਪਣੇ ਰੇਤੇ ਰੇਤਾ ਇਕੱਠਾ ਕਰ ਲਈਏ, ਬੁੱਕਸ ਫਾਲਤੂ ਜਾ ਰਹੀਆਂ ਨੇ। ਇਹ ਹੈੱਡ ਲਾਇਬ੍ਰੇਰੀ ਦਾ ਹਾਲ ਹੈ,
जिथे दोनों सरकार बैठी जिड़िया इन्होंने उत्थे बजट अलॉट कर देंगे ने उदू बाद 31 मार्च में कहते लैप्स हो गया भाषा विभाग का चक्कर मारा तुम भाषा विभाग जाके आए जी की हाल है मंद विभाग की बस तुम उन्होंने गड्डी च तेल पहुंचोगे पैसे नहीं होंगे मैं कहना एक दौरे भी आ गया नहीं वह मतलब भी मैं इतने उन्होंने एग्जीबिशन लगी भाषा विभाग ने पूछा भी आ भाई किताबा कतुबा जो मैं मिल जाएंगे जो 5-7 कह रहे हो लाइब्रेरियां खोलनी चाहिए हाँ आई गई आ गई गल फिर इतने आ गए पहला पैक्ट का पास करा लिए फिर लाइब्रेरी सोधन वास्तव तो असं है साढ़े जे पैदा हो गए लाइब्रेरी साइंस उनके मुताबिक असं चलावे मैं पूरा अमेरिका का मॉडल चक के लिया आपके नाल मेरे को कला कला कागज है जिदे की कुछ करना है मैनू जो कोई है सरकार था देंगे किसी नाम मिलाऊंगे दसूंगा भी लाइब्रेरियां चलदियां किवें ने साडे कोल लाइब्रेरी जिहड़े चार मोती बैठे सीगे इह सारे दसणगे कि लाइब्रेरियां चलाउणियां कि हुण वी असीं एक मिनट च अमेरिका दे मॉडल ते पहुंच जांदे करो साहब माफ करना अमेरिका विच असीं कहिंदे साडे पंजाबी बहुत आ तुसीं अमेरिका जांदे हो ठीक है अमेरिका तुसीं वी रहिंदे हो बड़े महीने रहिंदे हो अमेरिका विच हुण पंजाबी है जिहड़ी भाषा है उहदा हाल की है तुसीं वी जाणदे हो फिर कुछ कर सकांगे साइंस के मुताबिक लाइब्रेरी साइंस के मुताबिक चलावांगे रीडर पैदा करांगे जे पाठक पैदा करांगे आर्डर तरह के पैदा करांगे कम्युनिटी के मुताबिक पैदा करांगे जो वो पैदा होंगे तो नैचुरली लाइब्रेरी के डिमांड लोग डंडा देकर फिर कराउंगे चलाउंगे गर्ग साहब इन की डिमांड इन की मांग के सहमति बिल्कुल नहीं मैं सहमत मैं 100% कहना हर गल मैं तजर्बे चो दस नहीं मैं कोई गुस्से च नहीं हवा च गल करते हैं फरीदकोट के कोटकपुरे के 99 पिंड फरीदकोट ब्लाक के दो ही ब्लाक से उदो हूँ 3 हो गए ते उदे सीगे 100 कुछ पिंड कले कले पिंड च लाइब्रेरी खोली गई साखरता लहर वालों हुशियारपुर के 1244 पिंडां दे विच लाइब्रेरी ने खोली गई पंज ग्राई कलां दे विच 1000 किताब की लाइब्रेरी खोली गई संगरूर दे विच जनतक लाइब्रेरियां दो सीगियां उहदी एक बना दित्ती गई उत्थे कोई बंदा तक नहीं जाके राजी कोई एड्डी वड्डी लाइब्रेरी की बिल्डिंग है लाइब्रेरियन लगे हुए हैं पटियाले दे विच दो लाइब्रेरियां ने एक तो यह जिहड़ी जनतक लाइब्रेरी गल करदे ने उह तां माल रोड दे उत्ते है एक अंदर म्यूनिसिपल कमेटी की भी लाइब्रेरी है तो मैं उहदे जांदा रहा मैडिकल कॉलेज पढ़दा होया दोहां च गुरदासपुर दे विच एन बाजार दे विच बिल्कुल मेरे हस्पताल के सामने लाइब्रेरी सी वो बेचारा लाइब्रेरी ने रोया करे भी इतने कोई किताब ही नहीं लेना आता इस साढ़े समस्या की है असी कानून बना देंगे कानून तो पंजाबी भाषा का बनाया हुआ है पहला जेडे लाइब्रेरी की मूवमेंट चलाना पंजाबी भाषा के कानून में ठीक तरीके लागू करा देना वो तो लागू करा नहीं हूँ कहते जी पंजाबी कुछ नहीं मैं तुम्हें एक गल कह जब मैं देखदा खाना गाही दीवा बाल दिए कि लोच दिए कि भाल दिए कि रुस गया तेरा ढोल कुड़े जा सकनी तेरी झोल कुड़े तू कर दी मारो मार कुड़े पहुंची विचो जाड़ कुड़े एक दीवे दे जगान नाल एक दीवे दे टमकान नाल एक खुंजे तेरे नूर होए सब संसे तेरे दूर होए पर पढ़ पढ़ पुस्तक ढेर कुड़े मेरा वधदा जाए हनेर कुड़े ये अकल इलम दियां जिद्दां ने मैनू मारिया की क्यों किद्दां ने ये जब मैं पढ़दा जब मैं पढ़ना दो हिस्सों के खलकत वंडी एक लोगों की एक जोकों की दो हिस्सों के धरती वंडी एक महलों की एक टोकों की उदो मैं पता लगता पंजाबी की है तो पंजाबी मुहावरा की है हुण असीं पंजाबी की गल करते हैं क्योंकि लाइब्रेरी एक्ट कानून बन जूगा पुस्तकों का कानून बना के असीं कहांगे इन्नियां असामियां होर रच दो पंजाब दे टोटल बजट का 78,509 करोड़ रुपया पिछले साल इन्हां दा सीगा वी असीं इकट्ठा करना है उह तों 37,000 करोड़ रुपया 4 लाख परिवार ने जिहड़े नौकरियां करदे ने ते पेंशन लैंदे ने मेरे वर्गे वह 4 लाख कोले 37,000 करोड़ जा रहा है 17,000 करोड़ रुपया क्योंकि 4 लाख करोड़ मैं कहना कानून बनाने तो पहला यह ज़्यादा जरूरी है कि असी पंजाबी भाषा का जिहड़ा एक्ट बनया होया कानून बनया होया है पहला उन्होंने पंजाबी क्योंकि पंजाबी भाषा जे लागू होगी ਬਹੁਤ ਅਹਿਮ ਸਵਾਲ ਹੈ ਇੱਕ ਛੋਟਾ ਜਿਹਾ ਹੋਰ ਵਕਫਾ ਲਵਾਂਗੇ ਵਕਫੇ ਤੋਂ ਬਾਅਦ ਅਸੀਂ ਆਖਰੀ ਹਿੱਸੇ ਵਿੱਚ ਹੋਵਾਂਗੇ ਮੈਂ ਜਦੋਂ ਹੱਸਦਾ
तो मैं पंजाबी हसदा, मैं जो रोना वह भी पंजाबी रो रोना, आपकी माँ बोली च रोना। जे मैं होर भाषा भी आँदी है ना, मैं उन रोना आता ना, मैं उन गुस्सा आता, मैं आपकी माँ बोली च गुस्सा आता, मैं आपकी माँ बोली च ही हर मैं भावना जी जिता की कोशिश करता। इसलिए आपकी बोली के नाल प्यार करना, आपकी बोली के लिए काम करना साढ़े सारे का फर्ज है, पर सू सोचना पवेगा असी अपने फर्जा के विचाले आपके निजी मुफादा अगे तरह रख रहे। वक्फे तो बाद वापस आके आखिर फिर सवाल करा जी। सवाल एक पूछ रहे, बड़ा सवाल असं ये पूछ रहे हैं, माँ बोली पंजाबी लिए पंजाब दी सियासी धिरां ने की किया? मखना गर्ग साहब, तुसी डॉक्टर गर्ग हरां दे उस नुक्ते नू किस तरीके ना समझदे हो, जिहड़ी गल इन्हां ने कही है कि राज भाषा जिहड़ा कानून हैगा साडा उहनूं तां असीं चंगी तरह लागू करवा लईए? मैं बिल्कुल समझदा, इह तां गल जरूरी है जी, जिहड़े ऑलरेडी कानून बणे आ उहनूं तां लागू करना बनदा ही है। और माँ बोली नूं जे प्रचार करना है तां इहदे विच कोई शक नहीं है कि वह राज भाषा का कानून है जिहड़ा अपना वह लागू होना चाहिए, चंगी तरह होना चाहिए, इंस्पिरिट होना चाहिए। मेरी दरखास्त ज़्यादा उधर नूं सीगी कि जे आपां इह लाइब्रेरी एक्ट पास करांगे तां इह 70% सरकार जिहड़ी सेंटर गवर्नमेंट है अपनी उत्थों ही सहायता होनी है। पंजाब सरकार दा तां लगू ही बहुत घट, जे 30% रह भी जांदा तो एन आर आई अपने कोल इहो जे बैठे ने जिहड़े कमिटकर नूं एक फंड बना देण, उहदे विच जमा करा देणगे 30% चों, उहदों नूं कट कर लिया करन, उही मेरा पूरा हो जाऊगा, खर्चा नहीं पंजाब सरकार दा कोई आउणा। इह तां सिर्फ एक सानूं राजा राम मोहन राय लाइब्रेरी कलकत्ता हैगी वह इंचार्ज ने सानू वह दरवाजे तो अगे बहर कढ़ देंगे भी सोडा तो स्टेट का कानून प्रसाद नहीं, इस करके सोनू असी कोई सहायता नहीं। नौकरियां मंगोगे ना फिर? हाँ जी, तुम नौकरियां मंगोगे जिन्होंने लाइब्रेरी साइंस से डिप्लोमा किए हुए? हाँ जी, डिग्री डिप्लोमा की है, वह रोजगार मिलेगा उन्होंने, वो जो 70% फंड उतो आने अपने अपने जो रोजगार अपने पंजाब के बंद मिल जूगा। सरकार इतने सूबा सरकार नौकरी दूगी, उन्होंने फंड सूबा सरकार ने देने या वो नहीं? नहीं, 70% फंड उन्होंने देने, 30 इन्होंने देने। जे मैनु कोई कहे भी मेरे जवाक नूं नौकरी लगती है तो मैं तो 30 देने तैयार हाँ, 70 दे दे कोई होर, इस की गल है? कोई भी सियाना बंदा जो 70-30 की रेशो च आप खर्चा करना है तो क्यों आप टेक्निकल गल मैं भी दस क्यों क्यों मतलब क्यों नहीं आप करांगे करांगे आप कलिए तुहाडी गल मान लूगी सरकार मननी पैनी है जी हुण ने मैनूं ठहर के मान लो। मैं ये कहना भी जिन्नी पोस्टा जिन्नी असामिया की रचना करनी है पहला सरकार भाषा विभाग को तकड़ा करे, हर जिले के भाषा विभाग के है, क्योंकि भाषा विभाग ने जिन्नी वधिया किताबा लिखिया ने किसी जमाने ਉਹੀ ਜਿਹੀਆਂ ਕਿਤਾਬਾਂ ਹੁਣ ਲਿਖਦੇ ਪਿਆ ਨਿਕਲ ਹੁਣ ਤਾਂ ਉਹਨਾਂ ਕੋਲ ਬੰਦਾ ਹੀ ਨਹੀਂ ਹੈਗਾ, ਬਜਟ ਨਹੀਂ ਹੈ, ਪੈਸਾ ਨਹੀਂ ਹੈ, ਇੱਕ ਤਾਂ ਉਹ ਤਿਆਰ ਜ਼ਰੂਰੀ ਹੈ। ਦੂਜੀ ਗੱਲ ਜਿਹੜਾ ਇਹ ਕਹਿੰਦੇ ਨੇ 70-30 ਦਾ, ਇਹ ਸਭ ਤੋਂ ਵੱਡਾ ਪੰਜਾਬ ਦਾ ਅਤੇ ਬਾਕੀ ਸੂਬਿਆਂ ਦਾ ਨੁਕਸਾਨ ਹੀ ਇਸ ਗੱਲ 'ਚ ਹੋਇਆ, ਕੇਂਦਰ ਇੱਕ ਸਕੀਮ ਸੁੱਟ ਦਿੰਦਾ ਵੀ ਤੁਹਾਨੂੰ ਇੰਨੇ ਪੈਸੇ ਦੇਵਾਂਗੇ, ਮੁੜ ਕੇ ਕਹਿੰਦੇ ਅਸੀਂ ਹੁਣ ਦੇਣੇ ਨਹੀਂ, ਚਾਹੇ ਉਹ ਸਰਵ ਸਿੱਖਿਆ ਅਭਿਆਨ ਸੀ, ਚਾਹੇ ਉਹ ਨੈਸ਼ਨਲ ਹੈਲਥ ਮਿਸ਼ਨ ਹੈ, ਰਾਸ਼ਟਰੀ ਸਿਹਤ ਮਿਸ਼ਨ ਹੈ, ਚਾਹੇ ਉਹ ਨੈਸ਼ਨਲ ਏਡ ਕੰਟਰੋਲ ਸੁਸਾਇਟੀ ਹੈ, ਹਰੇਕ ਚੀਜ਼ ਦੇ ਉੱਤੇ ਸਾਡਾ ਜਿਹੜਾ ਬਣਿਆ ਬਣਾਇਆ ਢਾਂਚਾ ਪਹਿਲਾਂ ਉਹਨੂੰ ਤੋੜਦਾ ਉਹ। ਮੈਂ ਇਹ ਨਹੀਂ ਕਹਿੰਦਾ ਵੀ ਪੁਸਤਕਾਲ ਦਾ ਕਾਨੂੰਨ ਨਹੀਂ ਹੋਣਾ ਚਾਹੀਦਾ, ਮੈਂ ਇਹ ਕਹਿਣਾ ਵੀ ਜਿਹਦੇ ਘਰ ਰੋਟੀ ਨਹੀਂ ਪੱਕਦੀ ਉਹਨੂੰ ਕਹੋ ਤੇਰੇ ਕੋਲ ਰੇਡੀਓ ਹੋਣਾ ਚਾਹੀਦਾ, ਕਿਉਂਕਿ ਖਬਰਾਂ ਆ ਜਾਣਗੀਆਂ, ਹੈਂ ਪੇਟ ਨਾ ਪਈਆਂ ਰੋਟੀਆਂ ਸਵੇ ਗੱਲਾਂ ਖੋਟੀਆਂ, ਹੈਂ ਭੁੱਖੇ ਭਗਤ ਨਕੀਜੇ ਜੇ ਮਾੜਾ ਆਪਣੀ ਲੀਜੇ, ਹੋ ਮੰਗੋ ਸੰਤਨ ਰਹਿਣਾ ਮੈਂ ਨਾ ਹੀ ਕਿਸੇ ਕਾ ਦੇਣਾ। ਅਤੇ ਇਹਦੇ ਵਿੱਚ ਸਾਡੇ ਅੱਜ ਲੋੜ ਕਿਸ ਗੱਲ ਦੀ ਹੈ? ਪਹਿਲੀ ਪੰਜਾਬੀ ਵਾਸਤੇ, ਪੰਜਾਬੀ ਲਾਗੂ ਕਰਨ ਵਾਸਤੇ, ਪੰਜਾਬੀ ਲਾਗੂ ਕਰਨ ਵਾਸਤੇ ਮੈਂ ਹੁਣ ਇੱਥੇ ਜ਼ਿੰਮੇਵਾਰੀ ਨਾਲ ਕਹਿਣ ਨੂੰ ਤਿਆਰ ਹਾਂ ਵੀ ਜੇ ਇਹ ਪੁਸਤਕਾਂ ਦਾ ਕਾਨੂੰਨ ਪਾਸ ਹੋ ਜੇ ਇਹਦੇ ਤਹਿਤ ਲਗਾ ਦੇਣ ਸਾਰੇ ਬੰਦਿਆਂ ਨੂੰ ਸਰਕਾਰ ਇਹਦਾ ਪੈਸਾ ਵੀ ਦੇ ਦੇ ਵਿੱਤ ਦੇ ਵਿੱਚੋਂ, ਤਾਂ ਵੀ ਪੰਜਾਬੀ ਨਹੀਂ ਚੱਲਣੀ। ਪੰਜਾਬੀ ਕਿਵੇਂ ਚੱਲੂਗੀ? ਪੰਜਾਬੀ ਭਾਸ਼ਾ ਕਾਨੂੰਨ ਹੈ ਜਿਹੜਾ ਉਹਨੂੰ ਲਾਗੂ ਕਰਨ ਵਾਸਤੇ ਸਰਕਾਰ ਆਪਣੀ ਲਿਪੀ 'ਚ ਗੁਰਮੁਖੀ ਲਿਪੀ 'ਚ ਲਿਖਣ ਦੀ ਬਜਾਏ ਪੰਜਾਬੀ ਭਾਸ਼ਾ 'ਚ ਲਿਖਾਉਣਾ ਸ਼ੁਰੂ ਕਰੇ। ਇੱਕ ਸਕੂਲ ਸਿੱਖਿਆ ਬੋਰਡ ਆਪਦੀਆਂ ਕਿਤਾਬਾਂ ਦਾ ਸੁਧਾਰ ਕਰੇ, ਜਿਹੜੀਆਂ ਕਿਤਾਬਾਂ ਇੰਨੀਆਂ ਮਾੜੀਆਂ ਹੋ ਰਹੀਆਂ, ਜਿਹਦੀ ਵਿਆਕਰਨ ਪੰਜਾਬੀ ਦੀ ਇੰਨੀ ਗਲਤ ਹੈ, ਉਹ ਲਾਇਬ੍ਰੇਰੀਆਂ ਪੁਸਤਕਾਂ ਦੇ ਕੀ ਕਰਨਗੇ ਉਹਦੇ 'ਚ? ਦੂਜਾ ਇਹ ਹੈ। ਤੀਜਾ ਉਹਦੇ ਵਿੱਚ ਜਿਹੜਾ ਭਾਸ਼ਾ ਵਿਭਾਗ ਹੈ, ਭਾਸ਼ਾ ਵਿਭਾਗ ਪਹਿਲੀ ਕੜੀ ਹੈ, ਜੇ ਭਾਸ਼ਾ ਵਿਭਾਗ ਤਕੜਾ ਹੋਊਗਾ ਫਿਰ ਪੁਸਤਕਾਂ ਦਾ ਲਹਿਰ ਜ਼ਿਆਦਾ ਤਕੜੀ। ਇਹ ਬੜਾ ਧਾਰਨੀ ਸਾਹਿਬ, ਸਾਡਾ ਤਾਂ ਭਾਸ਼ਾ ਵਿਭਾਗ ਬੜਾ ਕਮਜ਼ੋਰ ਹੈ। ਮੈਂ ਤਾਂ ਉਦੋਂ ਦੀ ਵੀ ਗੱਲ ਕਰਦਾ ਤੁਹਾਡੀ ਸਰਕਾਰ ਸੀ ਅਤੇ ਹੁਣ ਦੀ ਵੀ ਗੱਲ ਕਰਦਾ ਇਹਨਾਂ ਦੀ ਸਰਕਾਰ ਹੈ, ਜਾਲੇ ਉੱਥੇ ਲੱਗੇ ਕਦੇ ਜਾ ਕੇ ਦੇਖੋ ਉੱਥੇ ਹਾਲ ਕੀ ਹੈ। ਅਤੇ ਸਭ ਤੋਂ ਵੱਡੀ ਗੱਲ ਹੈ ਉਹ ਮੁੱਖ ਮੰਤਰੀ ਸਾਹਿਬ ਦੇ ਸ਼ਹਿਰ ਵਿੱਚ ਹੈ। ਬਿਲਕੁਲ, ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹੈਗਾ ਕਿ ਸਭ ਤੋਂ ਵੱਡੀ ਤ੍ਰਾਸਦੀ ਉਹ ਇਹ ਹੈਗੀ ਹੈ। ਦੇਖੋ ਹੁਣ ਸਵਾਲ ਇਹ ਹੈਗਾ ਕਿ ਇਹਨਾਂ ਚੀਜ਼ਾਂ ਦੇ ਹੱਲ ਕੀ ਹੈਗੇ ਆ? ਹੱਲ ਇਹ ਹੈਗੇ ਆ ਕਿ ਪੰਜਾਬੀ ਭਾਸ਼ਾ ਦੇ ਉੱਤੇ ਜਿਹੜੇ ਇੰਨੇ ਅਸਰ ਹੋਏ ਹੋਏ ਆ, ਫਾਰਸੀ ਦਾ, ਉਰਦੂ ਦਾ, ਇੰਗਲਿਸ਼ ਦਾ,
ਇਹਨਾਂ ਨੂੰ ਇਹ ਸਾਨੂੰ ਜਿਹੜੀ ਹੈਗੀ ਹੈ ਪਹਿਲੀ ਕਲਾਸ ਤੋਂ ਜਿੱਥੇ ਅਸੀਂ ਇਹ ਵੀ ਅਸੀਂ ਆਪਣੇ ਬੱਚੇ ਨੂੰ ਸਿਖਾਉਣੀ ਸ਼ੁਰੂ ਕਰਦੇ ਮਾਂ ਬਾਪ ਵੀ ਉੱਥੇ ਸਾਨੂੰ ਊੜੇ ਆੜੇ ਤੋਂ ਸ਼ੁਰੂ ਕਰਨਾ ਪਊਗਾ। ਨੰਬਰ 2, ਸਾਨੂੰ ਉਹ ਸ਼ਬਦ ਕੱਢਣੇ ਪੈਣਗੇ ਜਿਵੇਂ ਮੈਂ ਪਹਿਲਾਂ ਦੱਸ ਕੇ ਆ ਰਿਹਾ ਕਿ ਵਕਾਲਤਨਾਮਾ, ਤਲਵਾਨਾ ਅਸੀਂ ਹਾਲੇ ਤੱਕ ਨਹੀਂ ਦੱਸ ਸਕੇ। ਚਲੋ ਹੋਰ ਦੱਸੋ, ਅਸੀਂ ਹਰ ਸਾਲ ਕਹਿੰਦੇ, ਹਰ ਮਹੀਨੇ ਕਹਿ ਦਿੰਦੇ ਆ ਜੀ ਸੰਗਰਾਂਦ ਹੈ। ਦੇਖੋ ਸੰਗਰਾਂਦ ਕੋਈ ਵਰਡ ਨਹੀਂ ਹੈਗਾ ਪੰਜਾਬੀ ਦਾ, ਸੰਕ੍ਰਾਂਤੀ ਵਰਡ ਸੰਸਕ੍ਰਿਤ ਤੋਂ ਇਹ ਜਿਹੜਾ ਵਰਡ ਵਿਗੜ ਕੇ ਜਿਹੜਾ ਸੰਗਰਾਂਦ ਬਣਿਆ ਵਾ ਹੈਗਾ। ਇਸ ਤਰ੍ਹਾਂ ਹੀ ਜਿਹੜੇ ਵਰਡ ਹੋਰ ਹੈਗੇ ਆ ਇਸ ਤਰ੍ਹਾਂ ਦੇ, ਧੰਨਵਾਦ ਉੱਥੇ ਲਿਖਿਆ ਵਾ ਤੁਹਾਡੇ ਸਾਰਿਆਂ ਦੇ ਉੱਤੇ, ਧੰਨਵਾਦ ਵੀ ਧੰਨਵਾਦ ਤੋਂ ਜਿਹੜਾ ਹੈਗਾ ਵਰਡ ਖਰਾਬ ਹੋ ਕੇ ਆਇਆ ਵਾ ਹੈਗਾ, ਸ਼ੁਕਰੀਆ ਵਰਡ ਹੈਗਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਬੱਚਿਆਂ ਦੇ, ਜਿਸ ਤਰ੍ਹਾਂ ਅੱਗੇ ਹੁੰਦਾ ਸੀ ਨਾ ਪਿਆਰੇ ਲਾਲ ਗਰਗ ਜੀ ਜਿਵੇਂ ਗੱਲ ਕਰ ਰਹੇ ਹਾਂ, ਅਸੀਂ ਪਹਾੜੇ ਪੜ੍ਹਦੇ ਹੁੰਦੇ ਸੀ, ਇੱਕ ਜਣਾ ਮੂਹਰੇ ਖੜ ਜਾਂਦੇ, ਇੱਕ ਦੂਣੀ ਦੂਣੀ, ਦੋ ਦੂਣੀ ਚਾਰ, ਤਿੰਨ ਦੂਣੀ ਛੇ। ਜਦੋਂ ਇਹ ਚੀਜ਼ਾਂ ਕੰਠ ਨਹੀਂ ਕਰਾਈਆਂ ਜਾਣਗੀਆਂ, ਲਾਇਬ੍ਰੇਰੀਆਂ ਖੋਲ੍ਹੋ ਜਾਂ ਜਾਣਾ ਹੀ ਕਿਸੇ ਨੇ ਨਹੀਂ ਹੈਗਾ, ਉੱਥੇ ਤੁਸੀਂ ਪਟਿਆਲੇ ਸੈਂਟਰਲ ਲਾਇਬ੍ਰੇਰੀ ਦੇ ਵਿੱਚ ਚਲੇ ਜਾਓ, ਚੂਹੇ ਭੱਜੇ ਫਿਰਦੇ ਆ। ਅਸੀਂ ਆਪਣੇ ਡੀਸੀ ਸਾਹਿਬ ਨੂੰ ਕਿਹਾ ਸਾਰੀਆਂ ਦਫ਼ਤਰਾਂ ਵਾਸਤੇ ਜਗ੍ਹਾ ਹੈਗੀ ਆ, ਸਾਡੇ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਲਾਇਬ੍ਰੇਰੀ ਲਈ ਕੋਈ ਜਗ੍ਹਾ ਨਹੀਂ ਹੈਗੀ। ਦੱਸੋ ਮਾਂਗੜ ਸਾਹਿਬ, ਹਾਂਜੀ, ਹੁਣ ਕਿਵੇਂ ਸਮਝਿਆ ਜਾਵੇ ਇਸ ਚੀਜ਼ ਨੂੰ? ਇਸ ਚੀਜ਼ ਨੂੰ ਇਸ ਤਰੀਕੇ ਸਮਝਣਾ ਜ਼ਰੂਰੀ ਹੈਗਾ ਕਿ ਸਰਕਾਰਾਂ ਇਸ ਦੇ ਲਈ ਕਿੰਨੀਆਂ ਸੁਹਿਰਦ ਹੈਗੀਆਂ। ਮੇਰਾ ਤਾਂ ਲਾਇਬ੍ਰੇਰੀ ਨੂੰ ਛੱਡ ਕੇ ਮੇਰਾ ਪਹਿਲਾ ਸਵਾਲ ਹੀ ਹੈ ਕਿ ਰਾਜ ਭਾਸ਼ਾ ਕਾਨੂੰਨ ਆ ਉਹਨੂੰ ਕਿਉਂ ਨਹੀਂ ਪੂਰੀ ਤਰ੍ਹਾਂ ਲਾਗੂ ਕੀਤਾ ਜਾਂਦਾ? ਕੇਪੀ ਜੀ, ਮੈਂ ਸਾਨੂੰ ਅੰਗਰੇਜ਼ੀ ਤੋਂ ਨਫ਼ਰਤ ਨਹੀਂ ਹੈਗੀ, ਸਾਨੂੰ ਫ੍ਰੈਂਚ ਤੋਂ ਨਫ਼ਰਤ ਨਹੀਂ ਹੈਗੀ, ਸਾਨੂੰ ਤੇਲਗੂ ਤੋਂ ਨਹੀਂ, ਤਮਿਲ ਤੋਂ ਨਹੀਂ, ਸਾਰੀਆਂ ਭਾਸ਼ਾਵਾਂ ਸਿੱਖੋ, ਪਰ ਆਪਦੀ ਬੋਲੀ ਨੂੰ ਅਸੀਂ ਕਿਉਂ ਭੁੱਲਦੇ ਜਾ ਰਹੇ ਹਾਂ? ਕੇਪੀ ਜੀ, ਮੈਂ ਧਰਨੀ ਸਾਹਿਬ ਦੀ ਗੱਲ ਨੂੰ ਥੋੜ੍ਹਾ ਜਿਹਾ ਕੈਰੀ ਫਾਰਵਰਡ ਕਰੂੰਗਾ, ਉਹਦੇ ਵਿੱਚ ਹੀ ਤੁਹਾਡਾ ਆਂਸਰ ਹੋਊਗਾ। ਅਤੇ ਮੈਂ ਗਰਗ ਸਾਹਿਬ ਦੀ ਗੱਲ ਨਾਲ ਵੀ ਬਹੁਤ ਇਤਫਾਕ ਰੱਖਦਾ, ਮੈਂ ਲਾਹੌਰ ਦਰਬਾਰ ਦੀ ਗੱਲ ਕਰੂੰਗਾ, ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ ਦੀ। ਉਸ ਵੇਲੇ ਇੱਕ ਬ੍ਰਿਟਿਸ਼ਰ ਨੇ ਸਰਵੇ ਕੀਤਾ ਕਿ ਜਿਹੜਾ ਲਿਟਰੇਸੀ ਰੇਟ ਹੈ ਉਹ ਸਭ ਤੋਂ ਵੱਧ, ਮਤਲਬ ਉਹਨੇ ਕਾਫੀ ਕੰਟਰੀਜ਼ ਦਾ ਅਤੇ ਕਾਫੀ ਕਿੰਗਡਮਸ ਦਾ ਕੀਤਾ ਵੀ ਜਿਹੜਾ ਲਾਹੌਰ ਦਰਬਾਰ ਹੈ ਉਹਦਾ ਲਿਟਰੇਸੀ ਰੇਟ ਬਹੁਤ ਹਾਈ ਹੈ। ਅਤੇ ਸ਼ਾਇਦ ਕੋਈ ਮੈਨੂੰ ਬੁੱਧੀਜੀਵੀ ਦੱਸ ਦੇਵੇ ਵੀ ਉਹ ਜਦੋਂ ਲਾਹੌਰ ਦਰਬਾਰ ਦੀ ਓਫਿਸ਼ੀਅਲ ਲੈਂਗੁਏਜ ਕਿਹੜੀ ਸੀਗੀ? ਉਹ ਪੰਜਾਬੀ ਨਹੀਂ ਸੀਗੀ ਜੀ, ਠੀਕ ਹੈ, ਲੇਕਿਨ ਪੰਜਾਬੀ ਅਸੀਂ ਅੱਜ ਵੀ ਬੋਲਦੇ ਹਾਂ। ਦੂਜੀ ਗੱਲ, ਉਦੋਂ ਉਹਨੇ ਇੱਕ ਚੀਜ਼ ਦਾ ਮੈਂਸ਼ਨ ਕੀਤਾ ਹੋਇਆ ਕਿ ਜਿਹੜਾ ਵੂਮਨ ਦਾ ਲਿਟਰੇਸੀ ਰੇਟ ਹੈ ਉਹ ਬਹੁਤ ਹਾਈ ਹੈ, ਇਟ ਇਜ਼ ਹਾਇਰ ਦੈਨ ਇੰਗਲੈਂਡ। ਔਰ ਉਹ ਕਾਇਦਾ ਪੜ੍ਹਦੇ ਹੈ, ਕਾਇਦਾ ਕਿਹੜੀ ਜ਼ਬਾਨ 'ਚ ਹੁੰਦਾ ਸੀਗਾ? ਅਸੀਂ ਅੱਜ ਵੀ ਉਦਾਹਰਣ ਦਿੰਦੇ ਹਾਂ ਕਾਇਦੇ ਦੇ ਹਿਸਾਬ ਨਾਲ, ਕਾਇਦੇ ਦੇ ਹਿਸਾਬ ਨਾਲ। ਸੋ ਬੇਸਿਕਲੀ ਕੀ ਹੈ, ਜਿਹੜੀ ਮਾਂ ਬੋਲੀ ਹੈ ਜੀ, ਇਹਦੇ 'ਤੇ ਤੁਸੀਂ ਜੋ ਮਰਜ਼ੀ ਉਹ ਕਰ ਲਓ, ਇਹ ਸਾਡੀ ਨੈਚੁਰਲੀ ਸਾਡੇ ਵਿੱਚ ਰਹਿਣੀ ਹੈ। ਔਰ ਦੂਜੀ ਗੱਲ ਇਹ ਹੈ ਵੀ ਥੋੜ੍ਹਾ ਜਿਹਾ, ਹੁਣ ਮੈਂ ਵੀ ਇੱਕ ਦੋ ਬੱਚਿਆਂ ਦਾ ਪੇਰੈਂਟ ਹੈਗਾ, ਜਿਹੜੀ ਮੇਨ ਜਿਹੜਾ ਫੋਕਸ ਹੈਗਾ ਉਹ ਪੇਰੈਂਟਸ ਅਤੇ ਮਾਂ ਬਾਪ 'ਤੇ ਹੈ ਜੀ। ਸਰਕਾਰਾਂ ਕੁਛ ਕਰੀ ਜਾਣ, ਜਦ ਤੱਕ ਅਸੀਂ ਆਪਦੇ ਘਰਾਂ ਤੋਂ ਨਹੀਂ ਇਹ ਚੀਜ਼ ਲਵਾਂਗੇ ਕਿ ਜੀ ਅਸੀਂ ਆਪਦੇ ਬੱਚਿਆਂ ਨੂੰ ਕੀ ਸਿਖਾਉਣਾ, ਬੱਚਿਆਂ ਨੂੰ ਕੀ ਨਹੀਂ ਸਿਖਾਉਣਾ, ਠੀਕ ਹੈ। ਉਹ ਇਹ ਗੱਲ ਮੈਂ ਤਾਂ ਕਹਿ ਰਿਹਾ ਕਿਉਂਕਿ ਮੈਨੂੰ ਸਰਕਾਰਾਂ ਫਿਰ ਨਿੱਜੀ ਸਕੂਲਾਂ ਨੂੰ ਵੀ ਕਹਿਣਾ ਵੀ ਕੱਲਾ ਉਹਨਾਂ 'ਤੇ ਪੰਜਾਬੀ 'ਤੇ ਜੁਰਮਾਨਾ ਨਾ ਲਾਇਆ ਕਰੋ, ਇਨਸ਼ੋਰ ਕਰਨਾ ਚਾਹੀਦਾ ਆ ਵੀ ਨਿੱਜੀ ਸਕੂਲਾਂ ਤੇ ਨੱਥ ਪਾਈ ਜਾਵੇ ਤਾਂ ਕਿ ਉਹ ਇਹ ਜਿਹੜੀ ਸਾਡੀ ਮਾਂ ਬੋਲੀ ਦੇ ਖਿਲਾਫ਼ ਜਿਹੜੀ ਉਹਨਾਂ ਦੀ ਇਹ ਮੁਹਿੰਮ ਹੈ ਉਹਦੇ 'ਚ ਉਹ ਜ਼ਿਆਦਾ ਨਾਕਾਮਯਾਬ ਹੋ ਸਕਣ। ਤੇ ਪੇਰੈਂਟਸ ਨੂੰ ਵੀ ਕਹਿਣਾ ਚਾਹੀਦਾ ਆ ਵੀ ਭਾਈ ਸਾਡਾ ਸੰਵਿਧਾਨ ਸਾਨੂੰ ਇਹ ਦਿੰਦਾ ਹੈਗਾ ਹੱਕ ਕਿ ਅਸੀਂ ਆਪਦੀ ਮਾਤਰ ਭਾਸ਼ਾ ਦੇ ਵਿੱਚ ਗੱਲ ਕਰਨੀ ਹੈ। ਜੇ ਤੁਸੀਂ ਅੰਗਰੇਜ਼ੀ ਪੜ੍ਹਾਉਣੀ ਹੈ ਇੰਗਲੈਂਡ ਜਾ ਕੇ ਆਪਦਾ ਸਕੂਲ ਖੋਲੋ, ਪਰ ਸਾਡਾ ਅੰਗਰੇਜ਼ੀ ਪੜ੍ਹਾਉਣਾ ਕੋਈ ਗੁਨਾਹ ਨਹੀਂ, ਜੇ ਤੁਸੀਂ ਫੋਰਸਫੁਲੀ ਦੀ ਗੱਲ ਕਰੂੰਗਾ ਮੈਂ ਕ੍ਰਿਕਟ ਦੇ ਖਿਲਾਫ਼ ਨਹੀਂ ਹੈਗਾ, ਨਹੀਂ ਮੈਂ ਨਹੀਂ ਕਰਦਾ, ਫੋਰਸਫੁਲੀ ਦੀ ਗੱਲ ਕਰ ਰਹੇ ਹਾਂ, ਫੋਰਸਫੁਲੀ ਜੇ ਵਿਸ਼ਵ ਵਿੱਚ ਅਸੀਂ ਆਪਦਾ ਸਥਾਨ ਹੋਣਾ ਸਾਨੂੰ ਉਹ ਭਾਸ਼ਾ ਵੀ ਸਿੱਖਣੀ ਪਊ, ਉਹ ਤਾਂ ਹੈ ਹੀ ਹੈ ਜੀ। ਉਦੋਂ ਵਗੈਰਾ ਹੁਣ ਆਪਾਂ ਗੱਲ ਕਰਦੇ ਹਾਂ ਗਲੋਬਲ ਵਰਲਡ ਦੀ ਜੀ, ਤੇ ਫਿਰ ਡਾਕਟਰ ਸਾਹਿਬ ਨੇ ਬਹੁਤ ਸਹੀ ਗੱਲ ਕਹੀ ਹੈ ਵੀ ਤੁਹਾਨੂੰ ਜਿਹੜੀ ਸਾਇੰਸ ਹੈ, ਜਿਹੜਾ ਇੰਟਰਨੈਸ਼ਨਲ ਚੀਜ਼ ਹੈਗੀ ਉਹ ਇੰਟਰਨੈਸ਼ਨਲ ਦੇ ਹਿਸਾਬ ਨਾਲ ਕਰਨੀ ਚਾਹੀਦੀ ਹੈ, ਲੇਕਿਨ ਜਿਹੜਾ ਤੁਸੀਂ ਮਰੀਜ਼ਾਂ ਨੂੰ ਮਿਲਣਾ ਦੇਖਣਾ ਹੈ, ਉਹਨਾਂ ਨੂੰ ਦਵਾਈਆਂ ਦੇਣੀਆਂ, ਉਹਨਾਂ ਦਾ ਕਰਨਾ, ਉਹ ਤਾਂ ਤੁਹਾਨੂੰ ਲੋਕਲ ਲੈਂਗੁਏਜ ਆਉਣੀ ਹੀ ਚਾਹੀਦੀ ਹੈ। ਗਰਗ ਸਾਹਿਬ, ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ ਫਟਾਫਟ, ਜਿਹੜੀਆਂ ਸਿਆਸੀ ਧਿਰਾਂ ਉਹਨਾਂ 'ਤੇ ਸਾਰੀ ਜ਼ਿੰਮੇਵਾਰੀ ਪਾ ਦਿੱਤੀ ਜਾਵੇ ਜਾਂ ਸਮਾਜ 'ਤੇ ਵੀ ਜ਼ਿੰਮੇਵਾਰੀ ਹੋਣੀ ਚਾਹੀਦੀ? ਨਹੀਂ ਨਹੀਂ ਜੀ, ਸਮਾਜ ਸਾਰੇ ਅੰਗ ਨੇ ਆਪਾਂ, ਜਿੰਨੇ ਪੁਰਸ਼ ਨੇ ਸਮਾਜ ਦੀ ਜ਼ਿਆਦਾ ਜ਼ਿੰਮੇਵਾਰੀ ਬਣਦੀ ਹੈ। ਇੱਕ ਵਾਰੀ ਐਕਟ ਪਾਸ ਕਰਨਾ ਠੀਕ ਹੈ, ਸਰਕਾਰਾਂ ਦਾ ਕੰਮ ਹੈ, ਲੇਕਿਨ ਉਦੋਂ ਬਾਅਦ ਜ਼ਿੰਮੇਵਾਰੀ ਸਮਾਜ ਦੀ ਹੈ, ਪੇਰੈਂਟਸ ਦੀ ਹੈ, ਸਾਡੀ ਸਭ ਦੀ ਹੈ ਕਿ ਉਹਨੂੰ ਚੰਗੀ ਤਰ੍ਹਾਂ ਲਾਗੂ ਕਰਕੇ ਆਪਾਂ ਆਪਣੇ ਪੰਜਾਬ ਨੂੰ ਬਰਮੁੱਲਾ ਬਣਾਈਏ। ਮੈਂ ਛੋਟੀ ਛੋਟੀਆਂ ਗੱਲਾਂ ਦੱਸਦਾ, ਮੈਂ 2 ਮਿੰਟ ਲਵਾਂਗਾ, ਵੱਧ ਨਹੀਂ, ਸਮਾਂ ਘੱਟ ਆ, ਮੈਂ 2 ਮਿੰਟ ਤੋਂ ਵੱਧ ਨਹੀਂ ਲੈਂਦਾ। ਜਦ ਮੈਂ ਕਿਉਂ ਕਹਿਣਾ ਵੀ ਪੰਜਾਬੀ ਕਿਉਂ ਜ਼ਰੂਰੀ ਹੈ, ਜਿਹੜੇ ਸੰਕਲਪ ਨੇ
किसी भी वड्डी तो वड्डी डाक्टरी सब तो औखी डाक्टरी दे विच सानू पढ़ाता कहिंदे अंकवीं सास पास ना असी अंकवीं सास पास देखी कदे सानू तो पता ही ना जिद्दे जिगर चो पीक कढ़ी उहदे पता लगदा वी खाकी रंग दी पीक हुंदी आ इह पढ़ाता स्विस्ट चीज़ अपीयरेंस सानू तो पता ही नहीं सी वी हुंदी कि ना उह कदे चीज़ देखिया सो जद तुसी किसी भी वड्डे तो वड्डे विषय दे उत्ते धारणा बनाउणी है उदों तुहानू मात भाषा चुणनी पैंदी है दूजी गल मात भाषा जिहड़ा पढ़ाउण दा सिखाउण दा मूल नियम है ਉਹ ਇਹ ਹੈ ਜਾਣੇ ਤੋਂ ਅਣਜਾਣੇ ਵੱਲ ਸੌਖੇ ਤੋਂ ਔਖੇ ਵੱਲ ਅਤੇ ਸਥੂਲ ਤੋਂ ਸੂਖਮ ਵੱਲ ਇਹ ਸਾਰੀਆਂ ਗੱਲਾਂ ਪੰਜਾਬੀ 'ਚ ਆ ਸਕਦੀਆਂ ਨੇ ਅੰਗਰੇਜ਼ੀ 'ਚ ਆਉਣੀਆਂ ਨਹੀਂ ਅੰਗਰੇਜ਼ੀ ਨਾਲ ਸਿੱਖੋ ਵੱਖਰੀ ਗੱਲ ਹੈ ਠੀਕ ਹੈ ਚਲੋ ਬਹੁਤ ਧੰਨਵਾਦ ਡਾਕਟਰ ਗਰਗ ਤੁਹਾਡਾ ਐਮ ਐਲ ਗਰਗ ਸਾਹਿਬ ਤੁਹਾਡਾ ਬਹੁਤ ਧੰਨਵਾਦ ਅਮਰਜੀਤ ਸਿੰਘ ਧਾਰਨੀ ਤੁਹਾਡਾ ਬਹੁਤ ਧੰਨਵਾਦ ਗੁਰਮਨੀਤ ਸਿੰਘ ਮਾਂਗਰ ਤੁਹਾਡਾ ਬਹੁਤ ਧੰਨਵਾਦ ਅਸੀਂ ਸਵਾਲ ਪੰਜਾਬੀ ਬਾਰੇ ਪੁੱਛਿਆ ਪੰਜਾਬੀ 'ਚ ਪੁੱਛਿਆ ਅਤੇ ਪੰਜਾਬੀ ਦੇ ਵਿੱਚ ਸਵਾਲ ਪੁੱਛਣ ਦਾ ਮਤਲਬ ਇਹ ਹੈਗਾ ਕਿ ਸਾਡੀਆਂ ਸਰਕਾਰਾਂ ਸਾਡਾ ਸਮਾਜ ਸਾਰਿਆਂ ਨੂੰ ਸਿਰ ਜੋੜਨਾ ਪਵੇਗਾ ਜੇ ਮਾਂ ਬੋਲੀ ਪੰਜਾਬੀ ਲਈ ਅਸੀਂ ਕੋਈ ਹੁੰਗਾਰਾ ਇਕੱਠੇ ਮਾਰਨਾ ਸਵਾਲ ਇਹ ਵੀ ਹੈਗਾ ਕਿ ਇਕੱਲਾ ਰੋਸ ਮੁਜ਼ਾਹਰੇ ਕਰਨ ਨਾਲ ਇਕੱਲਾ ਕੂਚੀਆਂ ਫੇਰਨ ਦੇ ਨਾਲ ਕੁਛ ਨਹੀਂ ਹੋਣ ਵਾਲਾ ਸਾਨੂੰ ਸਰਕਾਰਾਂ ਨੂੰ ਇਹ ਯਾਦ ਕਰਾਉਣਾ ਪਵੇਗਾ ਕਿ ਜਿਹੜਾ ਉਹਨਾਂ ਨੇ ਕਾਨੂੰਨ ਬਣਾਇਆ ਉਸ ਨੂੰ ਕਿਸ ਤਰ੍ਹਾਂ ਲਾਗੂ ਕੀਤਾ ਜਾਵੇ ਸਾਨੂੰ ਇਹ ਯਾਦ ਕਰਾਉਣਾ ਪਵੇਗਾ ਸਾਨੂੰ ਆਪ ਵੀ ਯਾਦ ਰੱਖਣਾ ਪਵੇਗਾ ਕਿ ਜਦੋਂ ਅਸੀਂ ਕੁਛ ਲਿਖਦੇ ਹਾਂ ਜਾਂ ਅਸੀਂ ਕੁਛ ਬੋਲਦੇ ਹਾਂ ਜਾਂ ਸੋਚਦੇ ਹਾਂ ਜਦੋਂ ਅਸੀਂ ਪੰਜਾਬੀ ਸੋਚਦੇ ਹਾਂ ਅਤੇ ਅਸੀਂ ਜਦੋਂ ਬੋਲਦੇ ਹਾਂ ਉਹਨੂੰ ਅੰਗਰੇਜ਼ੀ ਵਿੱਚ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਆਪਦੀ ਮਾਂ ਬੋਲੀ ਨਾਲ ਅਸੀਂ ਬੇਇਨਸਾਫੀ ਖੁਦ ਕਰਦੇ ਹਾਂ ਉਦੋਂ ਅਸੀਂ ਆਪਦੇ ਆਪ ਨੂੰ ਕਿਹੜੇ ਕਟਹਿਰੇ 'ਚ ਖੜਾ ਕਰਦੇ ਹਾਂ ਸਾਨੂੰ ਸਵਾਲ ਆਪਣੇ ਆਪ ਨੂੰ ਹੀ ਪੁੱਛਣਾ ਪਵੇਗਾ ਮੈਂ ਬੜੀ ਕੋਸ਼ਿਸ਼ ਕਰਦਾ ਮੈਂ ਪੰਜਾਬੀ ਵਿੱਚ ਗੱਲਬਾਤ ਕਰਾਂ ਤੁਹਾਡੇ ਨਾਲ ਵੀ ਜਦੋਂ ਮੈਂ ਰਾਬਤਾ ਕਰਦਾ ਪੰਜਾਬੀ ਵਿੱਚ ਕੋਸ਼ਿਸ਼ ਕਰਦਾ ਕਈ ਵਾਰ ਅੰਗਰੇਜ਼ੀ ਮੇਰੇ ਮੂੰਹੋਂ ਨਿਕਲ ਜਾਂਦੀ ਹੈ ਪਰ ਮੈਂ ਅੰਗਰੇਜ਼ੀ ਦਾ ਵਿਰੋਧੀ ਨਹੀਂ ਹਾਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਅੰਗਰੇਜ਼ੀ ਵੀ ਸਿੱਖਣੀ ਜ਼ਰੂਰੀ ਹੈ ਪਰ ਜੇ ਮਾਂ ਬੋਲੀ ਭੁੱਲ ਜਾਓਗੇ ਤਾਂ ਕੱਖਾਂ ਵਾਂਗ ਰੁੱਲ ਜਾਓਗੇ ਮੈਂ ਤਾਂ ਗੱਲ ਇਹ ਵਾਰ ਵਾਰ ਕਹਿੰਦਾ ਅੱਲੀਆ ਪਤਲੀਆ ਕਿਹੜਾ ਪਾਸਾ ਮੱਲੀਆ ਇਹ ਕੈਦੇ ਦੀ ਗੱਲ ਹੋਈ ਹੈ ਜਦੋਂ ਕਿਹੜਾ ਪਾਸਾ ਮੱਲੀਆ ਜਦੋਂ ਅਸੀਂ ਕੈਦੇ ਨੂੰ ਐਂ ਘੁਮਾ ਕੇ ਨਹੀਂ ਦੇਖਾਂਗੇ ਸਾਨੂੰ ਸਮਝ ਨਹੀਂ ਆਵੇਗਾ ਪੰਜਾਬੀ ਵਿੱਚ ਅਸੀਂ ਸੋਚਣਾ ਕਿਵੇਂ ਹਾਂ ਬੋਲਣਾ ਕਿਵੇਂ ਹੈ ਅਤੇ ਇਸ ਕਰਕੇ ਮੈਂ ਸਾਰਿਆਂ ਨੂੰ ਇੱਕੋ ਵਾਰ ਵਾਰ ਬੇਨਤੀ ਕਰਦਾ ਅਪੀਲ ਕਰਦਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਕੰਮ ਕਰਨਾ ਪਵੇਗਾ ਬਹੁਤ ਧੰਨਵਾਦ